ਕੌਮ ਦੇ ਬਹੁਤ ਹੀ ਸੰਜੀਦਾ ਔਰ ਇੱਕ ਅਹਿਮ ਮੁੱਦੇ ਉੱਪਰ ਗੱਲਬਾਤ ਕਰਾਂਗੇ। ਇਸ ਮੁੱਦੇ ਨੂੰ ਅਸੀਂ ਸੰਗਤਾਂ ਦੇ ਸਾਹਮਣੇ ਲੈ ਕੇ ਆ ਰਹੇ ਹਾਂ ਔਰ ਇਸ ਮੁੱਦੇ ਵਿੱਚ ਸਾਡੇ ਨਾਲ ਬੈਠੇ ਹੋਏ ਨੇ ਭਾਈ ਬਲਜੀਤ ਸਿੰਘ ਜੀ ਖਾਲਸਾ, ਜਿਹੜੇ ਕਿ ਮਾਸਕ ਪੱਤਰ ਵੰਗਾਰ ਦੇ ਸੰਪਾਦਕ ਨੇ। ਉਹਨਾਂ ਤੋਂ ਅੱਗੇ ਨੇ ਭਾਈ ਮੋਕਨ ਸਿੰਘ ਜੀ, ਜਿਹੜੇ ਦਮਦਮੀ ਟਕਸਾਲ ਦੇ ਬੁਲਾਰੇ ਵੀ ਰਹੇ ਨੇ ਔਰ ਮਾਸਕ ਪੱਤਰ ਖੰਡੇ ਧਾਰ ਦੇ ਐਡੀਟਰ ਵੀ ਰਹੇ ਨੇ। ਇਹਨਾਂ ਤੋਂ ਇਲਾਵਾ ਇਹ ਅੱਜ ਵੀ ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਨੇ ਔਰ ਜਿਨ੍ਹਾਂ ਨੇ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਕੌਮ ਦੇ ਬਹੁਤ ਹੀ ਭਾਵਪੂਰਤ ਔਰ ਸੰਜੀਦੇ ਮੁੱਦਿਆਂ ਦੇ ਉੱਪਰ ਬਹੁਤ ਹੀ ਜ਼ਿੰਮੇਵਾਰੀ ਭਰਪੂਰ ਕਾਰਜ ਕੀਤਾ ਹੈ। ਉਸ ਤੋਂ ਅੱਗੇ ਬੈਠੇ ਨੇ ਭਾਈ ਬਲਵੰਤ ਸਿੰਘ ਜੀ ਗੋਪਾਲਾ, ਜਿਹੜੇ ਕਿ ਬੜੀ ਨੌਜਵਾਨੀ ਉਮਰ ਤੋਂ ਸਿੱਖ ਯੂਥ ਫੈਡਰੇਸ਼ਨ ਦੇ ਨਾਲ ਜੁੜੇ ਹੋਏ ਨੇ ਔਰ ਉਹਨਾਂ ਨੇ ਕੌਮ ਦੇ ਮੁੱਦਿਆਂ ਦੇ ਉੱਪਰ ਸਿੱਖਾਂ ਦੇ ਇੱਕ ਹਰਾਵਲ ਦਸਤੇ ਦੇ ਰੂਪ ਦੇ ਵਿੱਚ ਪਹਿਰਾ ਦਿੱਤਾ ਹੈ। ਉਸ ਤੋਂ ਅੱਗੇ ਬੈਠੇ ਹੋਏ ਨੇ ਬੀਬੀ ਸੰਦੀਪ ਕੌਰ ਜੀ ਖਾਲਸਾ, ਜਿਹੜੇ ਕਿ ਜਿਹੜਾ ਟਰੱਸਟ ਹੈ ਭਾਈ ਧਰਮ ਸਿੰਘ ਜੀ ਖਾਲਸਾ ਟਰੱਸਟ ਚਲਾ ਰਹੇ ਨੇ ਔਰ ਉਸ ਸਮੇਂ ਜਿਹੜਾ ਸਾਡਾ ਪਿਛਲਾ ਸੰਘਰਸ਼ ਦਾ ਸਮਾਂ ਹੈ ਉਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਪਰਿਵਾਰਾਂ ਦੇ ਬੱਚਿਆਂ ਦੀ ਸਾਂਭ ਸੰਭਾਲ ਤੋਂ ਲੈ ਕੇ ਉਹਨਾਂ ਦੀ ਵਿਦਿਆ ਤੱਕ ਦਾ ਉਪਰਾਲਾ ਕਰ ਰਹੇ ਨੇ। ਸੋ ਜਿਹੜਾ ਅੱਜ ਦਾ ਸਾਡਾ ਮੁੱਦਾ ਹੈ ਉਹ ਅਹਿਮ ਮੁੱਦਾ ਹੈ ਕਿ ਭਾਈ ਬਲਵੰਤ ਸਿੰਘ ਰਾਜੋ ਆਣਾ ਜੀ ਵੱਲੋਂ ਜੋ ਜਿਸ ਤਰ੍ਹਾਂ ਦੇ ਨਾਲ ਇੱਕ ਉਭਾਰ ਕੌਮ ਦੇ ਵਿੱਚ ਵੇਖਣ ਨੂੰ ਮਿਲਿਆ ਕਿ ਕਿਸ ਤਰ੍ਹਾਂ ਦੇ ਨਾਲ ਸਮੁੱਚੀ ਕੌਮ ਦੇ ਵਿੱਚ ਖਾਲਸਾਈ ਜਾਹੋ ਜਲਾਲ ਜਿਹੜਾ ਸੀ ਉਹ ਪ੍ਰਗਟ ਹੋਇਆ, ਜੋ ਉਹਨਾਂ ਦੀ ਫਾਂਸੀ ਦੇ ਹੁਕਮ ਹੋਏ ਤੇ ਉਸ ਹੁਕਮ ਤੋਂ ਬਾਅਦ ਕੌਮ ਨੂੰ ਜਿਹੜਾ ਇੱਕ ਇਕਮੁੱਠਤਾ ਦਾ ਤੇ ਇਕੱਠ ਦਾ ਹੰਗਾਰਾ ਕੌਮ ਦੇ ਵਿੱਚ ਮਿਲਿਆ ਔਰ ਜਿਸ ਤਰ੍ਹਾਂ ਦੇ ਕੌਮ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਕ ਇਕੱਠ ਦਾ ਪ੍ਰਗਟਾ ਕੀਤਾ, ਮੈਂ ਭਾਈ ਮੋਕਮ ਸਿੰਘ ਜੀ ਹੁਣਾਂ ਨੂੰ ਪੁੱਛਣਾ ਚਾਹੁੰਦਾ ਕਿ ਉਹ ਇਕੱਠ ਜਿਹੜਾ ਹੈ ਕੀ ਅਸੀਂ ਸਮਝਦੇ ਹਾਂ ਕਿ ਉਹ ਸਦੀਵੀ ਰੂਪ ਦੇ ਵਿੱਚ ਇਸ ਤਰ੍ਹਾਂ ਬਰਕਰਾਰ ਰਹਿ ਸਕਦਾ ਹੈ ਜਾਂ ਰਹਿ ਸਕਦਾ ਸੀ? ਦੇਖੋ, ਜਿਹੜਾ ਭਾਈ ਬਲਜੀਤ ਸਿੰਘ ਜੀ, ਭਾਈ ਸੁਖਪ੍ਰੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਭੈਣ ਅਤੇ ਭਾਈ ਗੋਪਾਲਾ ਜੀ ਬੜੇ ਜ਼ਿੰਮੇਵਾਰ ਸੱਜਣ ਬੈਠੇ ਆ। ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕੁਝ ਐਸੀਆਂ ਗੱਲਾਂ ਹੁੰਦੀਆਂ ਜਿਹੜੀਆਂ ਸਦੀਵੀ ਹੁੰਦੀਆਂ ਨੇ, ਕੁਝ ਐਸੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕੁਝ ਸਮੇਂ ਵਾਸਤੇ ਆਉਂਦੀਆਂ ਨੇ, ਕੁਝ ਸਮੇਂ ਬਾਅਦ ਉਹ ਮੱਧਮ ਪੈਂਦੀਆਂ ਨੇ। ਮੇਰੀ ਜ਼ਿੰਦਗੀ ਵਿੱਚ ਬਹੁਤ ਵਾਰੀ ਇਹੋ ਜਿਹੇ ਦਿਨ ਆਏ ਆ, ਮੈਂ ਸਰਬੱਤ ਖਾਲਸੇ ਵੇਲੇ ਦੀਆਂ ਗੱਲਾਂ ਕਰੀਏ, 99 ਵਿੱਚ ਉਹ ਇਲੈਕਸ਼ਨਾਂ ਦੀ ਗੱਲ ਕਰੀਏ, ਉਸ ਤੋਂ ਬਾਅਦ ਬਾਈਕਾਟ ਜਿਵੇਂ 93% ਸਿੱਖਾਂ ਨੇ ਕਰ ਦਿੱਤਾ ਜਾਂ ਪੰਜਾਬੀਆਂ ਨੇ ਕਰ ਦਿੱਤਾ, ਉਸ ਤੋਂ ਬਾਅਦ ਚੰਗੇ ਮਾੜੇ ਵਧੀਆ ਗਲਤ ਸਾਰੇ ਠੋਂ ਸਮੇਂ ਆਏ ਆ। ਕੌਮਾਂ 'ਚ ਬੜੇ ਆਭਾਰ ਆਉਂਦੇ ਆ, ਸਰਸੇ ਵਾਲੇ ਮਾਮਲੇ 'ਚ ਵੀ ਆਏ ਆ। ਕੋਈ ਵੀ ਸੰਘਰਸ਼, ਕੋਈ ਵੀ ਚੀਜ਼ ਜਿਹੜੀ ਉਹ ਸਦੀਵੀ ਇੱਕ ਸਾਰ ਨਿਰੰਤਰ ਨਹੀਂ ਚੱਲਦੀ। ਈਵਨ ਮੈਂ ਕਹਿੰਦਾ ਕਿ ਇੰਡੀਆ ਪਾਕਿਸਤਾਨ ਦੀਆਂ ਲੜਾਈਆਂ ਉਹ ਵੀ 10 ਤੋਂ 15 ਦਿਨਾਂ ਦੇ ਵਿੱਚ ਹੀ ਸਮਾਪਤ ਹੋ ਜਾਂਦੀਆਂ ਨੇ। ਈਵਨ ਵੱਡੇ ਵੱਡੇ ਦੇਸ਼ ਜਿਹੜੇ ਨੇ ਉਹ ਵੀ ਕੁਝ ਸਮੇਂ ਵਾਸਤੇ ਲੜਦੇ ਆ, ਕੁਝ ਸਮੇਂ ਵਾਸਤੇ ਫਿਰ ਉਹ ਠੰਡੇ ਬਸਤੇ ਜਾਂ ਹੋਰ ਰੂਪਾਂ 'ਚ ਉਹ ਸ਼ਕਲ ਵਟਾ ਜਾਂਦੇ ਆ। ਇਹ ਵੀ ਭਾਈ ਰਾਜੋ ਹੋਣਾ ਦਾ ਜਿਹੜਾ ਕੇਸ ਸੀ ਇੱਕ ਸਮੇਂ ਵਿੱਚ ਆਇਆ ਔਰ ਲੋਕਾਂ ਨੇ ਉਹਦੇ ਉੱਤੇ ਜਿੰਨਾ ਤਗੜਾ ਹੰਗਾਰਾ ਭਰਿਆ, ਜਿਸ ਰੂਪ 'ਚ ਭਰਿਆ, ਹਰ ਵਿਅਕਤੀ ਨੇ ਭਰਿਆ, ਚਾਹੇ ਉਹ ਕਿਸੇ ਅਹੁਦੇ 'ਤੇ ਬੈਠਾ ਸੀ ਜਾਂ ਸਧਾਰਨ ਰੂਪ 'ਚ ਘਰ ਵਿੱਚ ਬੈਠਾ ਸੀ, ਚਾਹੇ ਉਹ ਰਾਜਨੀਤਿਕ ਹੈ, ਧਾਰਮਿਕ ਹੈ, ਸਮਾਜਿਕ ਹੈ, ਸਧਾਰਨ ਬੰਦਾ ਹੈ, ਰਾਜਨੀਤੀ ਨਾਲ ਕੋਈ ਲੈਣਾ ਦੇਣਾ ਹੈ ਜਾਂ ਨਹੀਂ ਹੈ, ਪਰ ਉਹਨਾਂ ਨੇ ਆਪਣਾ ਇੱਕ ਜ਼ਿੰਮੇਵਾਰੀ, ਆਪਣਾ ਇੱਕ ਫਰਜ਼ ਸਮਝਿਆ ਪੰਜਾਬ ਨੂੰ ਪੀਲੇ ਰੰਗ ਕਰਨ ਵਿੱਚ, ਸੜਕਾਂ 'ਤੇ ਆਉਣ ਤੋਂ ਲੈ ਕੇ ਔਰ ਮਾਧਿਅਮ ਹਰ ਤਰ੍ਹਾਂ ਦੇ ਵਰਤੇ ਜਿਹੜੇ ਉਹਨਾਂ ਨੇ, ਉਹ ਇਹ ਸਾਰਾ ਕੁਝ ਜਿਹੜਾ ਇਹਦੇ ਪਿੱਛੇ ਇੱਕ ਜਜ਼ਬਾਤ ਸੀ, ਜਿਹੜਾ ਕਿ ਬਲਵੰਤ ਸਿੰਘ ਨੇ ਇਹ ਕਹਿਣਾ ਕਿ ਮੈਂ ਬਿਲਕੁਲ ਅਪੀਲ ਨਹੀਂ ਕਰਾਂਗਾ ਔਰ ਦੁਨੀਆ ਵਿੱਚ ਇੱਕ ਨਵੀਂ ਹਿਸਟਰੀ ਪੈਦਾ ਕਰਨੀ ਕਿ ਵਿਅਕਤੀ ਅਪੀਲ ਨਹੀਂ ਕਰ ਰਿਹਾ ਔਰ ਫਿਰ ਵੀ ਉਸ ਦੇ ਉੱਤੇ ਫਾਂਸੀ ਦੀ ਸਟੇ ਹੋ ਰਹੀ ਹੈ, ਇਹ ਹਿਸਟਰੀ 'ਚ ਮੇਰਾ ਖਿਆਲ ਕਦੇ ਨਹੀਂ ਹੋਇਆ। ਇਹੋ ਜਿਹੇ ਮੌਕੇ ਆਉਂਦੇ ਰਹਿੰਦੇ ਆ, ਸਾਨੂੰ ਲੋੜ ਹੈ ਇਸ ਨੂੰ ਸਾਂਭਣ ਦੀ, ਸੰਭਾਲਣ ਦੀ ਔਰ ਇਹਦੇ ਵਿੱਚੋਂ ਕੁਛ ਪ੍ਰਾਪਤ ਕਰਨ ਦੀ ਕੌਮ ਵਾਸਤੇ, ਇਹ ਸਾਡੇ 'ਤੇ ਜ਼ਿੰਮੇਵਾਰੀ ਪਈ ਹੋਈ ਹੈ। ਕਿਉਂ ਕਹਿ ਵੀ ਜਿਸ ਤਰ੍ਹਾਂ 28 ਵਾਲਾ ਦਿਨ ਸੀ, 31 ਤੱਕ ਦਾ ਦਿਨ ਸੀ, ਜੇ ਉਹੋ ਜਿਹੀ ਹਰ ਵਕਤ ਹੀ ਰਹੇ, ਫੌਜ ਜਿਹੜੀ ਉਹ ਛਾਉਣੀਆਂ 'ਚ ਵੀ ਜਾਂਦੀ ਹੈ, ਫੌਜ ਬਾਰਡਰਾਂ 'ਤੇ ਵੀ ਜਾਂਦੀ ਹੈ, ਫੌਜ ਹਰ ਤਰ੍ਹਾਂ ਦੇ ਕੰਮ ਕਰਦੀ ਹੈ, ਸੋ ਇਸ ਵਾਸਤੇ ਹਰ ਵਕਤ ਬਾਰਡਰ 'ਤੇ ਨਹੀਂ ਖੜਿਆ ਜਾ ਸਕਦਾ, ਇਹ ਇਸ ਤਰ੍ਹਾਂ ਹੀ ਹੁੰਦਾ, ਇਸ ਵਾਸਤੇ ਸਾਨੂੰ ਘਬਰਾਉਣ ਦੀ ਲੋੜ ਨਹੀਂ। ਭਾਈ ਸਾਹਿਬ, ਇੱਕ ਤਾਂ ਹੁੰਦਾ ਹੈ ਕੌਮ ਦਾ ਜਿਹੜਾ ਬਾਹਰੀ ਜਲਾਲ ਵੇਖਣ ਨੂੰ ਮਿਲਦਾ, ਇੱਕ ਹੁੰਦਾ ਹੈ ਕਿ ਕੌਮ ਦਾ ਅੰਦਰੂਨੀ ਉਭਾਰ ਹੁੰਦਾ ਹੈ। ਜਲਾਲ ਤਾਂ ਅਸੀਂ ਕਹਿੰਦੇ ਕਿ 1-2 ਦਿਨ ਤੱਕ ਹੀ ਚੱਲਦਾ ਹੈ, ਬਾਅਦ ਦੇ ਵਿੱਚ ਨਹੀਂ ਚੱਲਦਾ, ਪਰ ਜਿਹੜੇ ਕੌਮ ਦੇ ਜਜ਼ਬਾਤਾਂ ਦਾ ਉਭਾਰ ਹੁੰਦਾ ਹੈ ਕਿ ਸਾਡੇ ਨਾਲ ਵਤੀਰੇ ਕੀ ਹੋ ਰਹੇ ਨੇ, ਸਾਡੇ ਹੱਕਾਂ ਦੀ ਜਿਹੜੀ ਆ ਰਾਖੀ ਹੋ ਰਹੀ ਜਾਂ ਨਹੀਂ ਹੋ ਰਹੀ, ਜਾਂ ਸਾਡੇ ਹੱਕਾਂ ਦਾ ਘਾਣ ਹੋ ਰਿਹਾ, ਕੀ ਇਸ ਬਾਹਰੀ ਜਲਾਲ ਦੇ ਵਿੱਚੋਂ ਜਿਹੜਾ ਅੰਦਰੂਨੀ ਉਭਾਰ ਪੈਦਾ ਹੋਇਆ ਇਹ ਕੌਮ ਦੇ ਵਿੱਚ ਲਗਾਤਾਰ ਬਰਕਰਾਰ ਰਹੇਗਾ? ਮੈਂ ਇੱਥੇ ਇੱਕ ਗੱਲ ਸਪਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਕਿ ਦਰਅਸਲ ਜਿਹੜੇ ਮੂਵਮੈਂਟਾਂ ਹੁੰਦੀਆਂ ਨੇ ਉਹਨਾਂ 'ਚ ਇੱਕ ਤਾਂ ਉਭਾਰ ਹੁੰਦਾ ਹੈ, ਦੂਜਾ ਹੁੰਦਾ ਕਿ ਲੀਡਰਸ਼ਿਪ। ਕੌਮ ਨੇ ਸਾਡੀ ਨੇ ਕੁਰਬਾਨੀਆਂ ਇੰਨੀਆਂ ਬੇਬਹਾ ਕੀਤੀਆਂ ਨੇ 84 ਤੋਂ ਲੈ ਕੇ ਅੱਜ ਤੱਕ, ਦੋ ਹੀ ਗੱਲਾਂ ਦੇ ਉੱਤੇ ਲੜਾਈ ਚੱਲ ਰਹੀ ਹੈ। ਦਿੱਲੀ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਸਿੱਖਾਂ ਨੂੰ ਲੀਡਰਸ਼ਿਪਹੀਣ ਕੀਤਾ ਜਾਵੇ,
ਚਾਹੇ ਉਹ ਸੰਜਰ ਰੈਸ ਹੋਣ, ਭਾਈ ਅਮਰੀਕ ਸਿੰਘ ਜਨਰਲ ਸ਼ਬੇਕ ਸਿੰਘ ਦੇ ਰੂਪ 'ਚ ਹੋਵੇ, ਚਾਹੇ ਬਾਅਦ ਵਿੱਚ ਭਾਈ ਸੁਖਦੇਵ ਸਿੰਘ ਬੱਬਰ ਬਾਬਾ ਮਾਨੋ ਚਾਲ ਤੋਂ ਲੈ ਕੇ ਜਨਰਲ ਲਾਭ ਸਿੰਘ ਮਨਵੀਰ ਸਿੰਘ ਜੀ ਹਿੜੂ ਦੇ ਰੂਪ 'ਚ ਹੋਵੇ, ਚਾਹੇ ਇਸ ਤੋਂ ਬਾਅਦ ਹੋਰ ਵੇਲੇ ਰਾਜਨੀਤਿਕ ਤੌਰ 'ਤੇ ਆਏ ਆ ਲੀਡਰ, ਉਹਨਾਂ ਨੂੰ ਲੋਕਾਂ ਦੇ ਨਿਗਾਹ 'ਚੋਂ ਥੱਲੇ ਸਿੱਟਣ ਦੇ ਰੂਪ 'ਚ ਹੋਵੇ, ਉਹ ਸਾਡੀ ਲੀਡਰਸ਼ਿਪ ਨੂੰ ਹਮੇਸ਼ਾ ਕਮਜ਼ੋਰ ਕਰਨਾ, ਮਾਰਨਾ ਜਾਂ ਉਹਨਾਂ ਦੀ ਪੁਜੀਸ਼ਨ ਖਰਾਬ ਕਰਨੀ, ਇਹ ਇੱਕ ਸਾਡੇ ਵਿਰੋਧੀ ਦਾ ਅੰਗ ਹੈ। ਸਾਡੀ ਇਹਦੇ ਬਰਾਬਰ ਹੀ ਇੱਕ ਲੋੜ ਜ਼ਰੂਰੀ ਹੈ ਕਿ ਅਸੀਂ ਆਪਣੀ ਲੀਡਰਸ਼ਿਪ ਕਿੱਦਾਂ ਪੈਦਾ ਕਰਨੀ ਹੈ। ਇੱਕ ਦਿਨ ਦਾ ਆਭਾਰ ਤਾਂ ਰਾਜਸੀ ਲੋਕਾਂ ਨੂੰ, ਦਿੱਲੀ ਵਾਲਿਆਂ ਨੂੰ ਵੀ, ਚੰਡੀਗੜ੍ਹ ਵਾਲਿਆਂ ਨੂੰ ਵੀ ਬਰਦਾਸ਼ਤ ਹੋ ਸਕਦਾ, ਪਰ ਉਹਨਾਂ ਦੀ ਥਾਂ 'ਤੇ ਕੋਈ ਲੀਡਰਸ਼ਿਪ ਹੋਰ ਆ ਜਾਵੇ, ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਸਕਦਾ। ਸਾਨੂੰ ਜਿੰਨਾ ਆਭਾਰ 'ਤੇ ਜ਼ੋਰ ਲਾਉਣਾ ਚਾਹੀਦਾ, ਉਸ ਤੋਂ ਵੱਧ ਆਪਣੀ ਲੀਡਰਸ਼ਿਪ ਪੈਦਾ ਕਰਨ ਦੇ ਉੱਤੇ ਜ਼ੋਰ ਲਾਉਣਾ ਚਾਹੀਦਾ। ਬਿਨਾਂ ਲੀਡਰਸ਼ਿਪ ਤੋਂ ਕੋਈ ਲੜਾਈ, ਕੋਈ ਸੰਘਰਸ਼, ਕੋਈ ਕੁਛ ਨਹੀਂ ਹੋ ਸਕਦਾ। ਜਰਨੈਲ ਬਿਨਾਂ ਫੌਜ ਬਿਲਕੁਲ ਨਹੀਂ ਲੜ ਸਕਦੀ, ਹਾਰ ਜਾਂਦੀ ਹੈ, ਹਮੇਸ਼ਾ ਹੀ ਹਾਰਦੀ ਰਹੇਗੀ। ਸੋ ਸਾਡੀ ਲੀਡਰਸ਼ਿਪ ਪੈਦਾ ਕਰਨੀ, ਇਹ ਇੱਕ ਕੌਮ ਵਾਸਤੇ ਵੱਡੀ ਮਜਬੂਰੀ ਹੈ। ਜਿੱਦਣ ਅਸੀਂ ਲੀਡਰਸ਼ਿਪ ਪੈਦਾ ਕਰਤੀ, ਆਭਾਰ ਰੋਜ਼ ਦਾ ਹੀ ਰੋਜ਼ ਰਹੇਗਾ। ਅਗਲਾ ਸਵਾਲ ਮੇਰਾ ਬਲਵੰਤ ਸਿੰਘ ਗੋਪਾਲਾ ਜੀ ਨੂੰ ਆ। ਗੋਪਾਲਾ ਜੀ, ਤੁਸੀਂ ਕਿਸੇ ਸਮੇਂ ਦੇ ਵਿੱਚ ਸਿੱਖ ਨੌਜਵਾਨੀ ਦੀ ਜਿਹੜੀ ਹੈ ਉਹ ਇੱਕ ਤਰ੍ਹਾਂ ਦੇ ਨਾਲ ਅਗਵਾਈ ਕੀਤੀ। ਤੁਸੀਂ ਵੇਖਿਆ ਹੋਏਗਾ ਕਿ ਜਦੋਂ ਤਰਨ ਤਾਰਨ ਦੇ ਵਿੱਚ ਥੋੜ੍ਹੀ ਜਿਹੀ ਇੱਕ ਸ਼ਿਵ ਸੈਨਾ ਦੇ ਨਾਲ ਘਟਨਾ ਹੋਈ ਸੀ, ਉਸ ਘਟਨਾ ਦੇ ਵਿੱਚ ਤੁਸੀਂ ਵੀ ਮੌਜੂਦ ਸੀ, ਅਸੀਂ ਮੌਜੂਦ ਸੀਗੇ, ਉਸ ਛੋਟੀ ਜਿਹੀ ਘਟਨਾ ਤੋਂ ਬਾਅਦ ਸਿੱਖ ਨੌਜਵਾਨੀ ਦੇ ਵਿੱਚ ਰੋਹ ਦਾ ਉਹ ਰੂਪ ਵੇਖਣ ਨੂੰ ਮਿਲਿਆ ਸੀ ਕਿ ਤੁਹਾਨੂੰ ਯਾਦ ਹੋਵੇਗਾ ਕਿ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੀ ਨੀਂਹ ਰੱਖੀ ਗਈ। ਉਹ ਇੱਕ ਛੋਟੇ ਜਿਹੇ ਜੋਸ਼ ਦੇ ਵਿੱਚੋਂ ਇੱਕ ਇੰਨੀ ਵੱਡੀ ਜਥੇਬੰਦੀ ਦੀ ਨੀਂਹ ਰੱਖੀ ਗਈ ਜਿਹਨੇ ਕੁਝ ਸਮਾਂ ਕੌਮ ਦੀ ਨੁਮਾਇੰਦਗੀ ਕੀਤੀ, ਅੱਜ ਕੌਮ ਦੇ ਵਿੱਚ ਇੰਨਾ ਵੱਡਾ ਜਾਹੋ ਜਲਾਲ ਪੈਦਾ ਹੋਇਆ, ਤੇ ਨੌਜਵਾਨੀ ਜਿਹੜੀ ਸੀ ਜਥੇਬੰਦਕ ਰੂਪ ਦੇ ਵਿੱਚ ਇਕੱਤਰ ਕਿਉਂ ਨਹੀਂ ਹੋ ਸਕੇ? ਮੈਂ ਫੈਡਰੇਸ਼ਨ ਦੇ ਤੌਰ ਤੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿੰਨੇ ਇਹ ਜ਼ਿੰਮੇਵਾਰੀਆਂ ਨਿਭਾਉਣੀਆਂ ਹਨ ਉਹਦਾ ਆਪਣਾ ਜੀਵਨ ਬਹੁਤ ਉੱਚਾ ਹੋਣਾ ਚਾਹੀਦਾ, ਅਖਲਾਕੀ ਤੌਰ ਤੇ, ਧਾਰਮਿਕ ਤੌਰ ਤੇ। ਉਹ ਗੁਰਬਾਣੀ ਦੀਆਂ ਨਿਤਨੇਮੀਆਂ ਦਾ ਧਾਰਨੀ ਹੋਵੇ, ਪੰਜਾਂ ਬਾਣੀਆਂ ਦਾ, ਉਹ ਸਾਰੀਆਂ ਰਹਿਤਾਂ ਦੇ ਵਿੱਚ ਪਰਪੱਕ ਹੋਵੇ। ਔਰ ਜਿਵੇਂ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਮਹਾਨ ਸਪੁੱਤਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਬਣੇ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਰਹਿੰਦਿਆਂ ਜਿਸ ਤਰ੍ਹਾਂ ਵੀ ਚੜ੍ਹਦੀ ਕਲਾ ਨਾਲ ਕੌਮ ਦੀ ਸੇਵਾ ਕੀਤੀ, ਉਹਨਾਂ ਦੀ ਉਸ ਸ਼ਹਾਦਤ ਨੂੰ, ਉਹਨਾਂ ਦੀ ਸੇਵਾ ਨੂੰ ਅੱਜ ਵੀ ਭਾਵੇਂ ਕਿੰਨੀਆਂ ਫੈਡਰੇਸ਼ਨਾਂ ਬਣ ਗਈਆਂ ਪਰ ਉਹ ਤਾਕਤ ਦੁਬਾਰਾ ਕੌਮ ਨੂੰ ਵੇਖਣ ਵਾਸਤੇ ਨਹੀਂ ਮਿਲੀ। ਇਸ ਦਾ ਇਹ ਕਾਰਨ ਹੈ ਕਿ ਉਹਨਾਂ ਦਾ ਆਪਣਾ ਜੀਵਨ ਸੀ ਔਰ ਜੀਵਨ ਬਾਹੂਬਲ ਸਿਧਾਂਤ ਪੱਲੇ ਸੀ, ਔਰ ਅੱਜ ਅਸੀਂ ਆਪਣੇ 'ਚ ਘਾਟਾ ਮਹਿਸੂਸ ਕਰਦੇ ਹਾਂ ਕਿ ਜਿਵੇਂ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੇਲੇ ਨੌਜਵਾਨਾਂ ਦੇ ਵਿੱਚ ਜਜ਼ਬਾ ਉਤਸ਼ਾਹ ਸੀ। ਇਹ ਸਾਡੀ ਕੌਮ ਦੀ ਜਿਹੜੀ ਗੱਲ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਕਹਿ ਕੇ ਗਏ ਨੇ, ਜਿੰਨਾ ਚਿਰ ਕੌਮ ਦੇ ਉੱਤੇ ਜ਼ਿੰਮੇਵਾਰ ਆਗੂ ਸਿਧਾਂਤਕ ਤੌਰ 'ਤੇ ਪਹਿਰਾ ਦੇਣ ਵਾਲਾ ਉਹ ਧਰਮ ਦੀ ਅਗਵਾਈ 'ਚ ਵੀ ਯੋਗਤਾ ਰੱਖਦਾ ਹੋਵੇ ਔਰ ਰਾਜਨੀਤੀ ਦੇ ਵਿੱਚ ਵੀ ਪਰਪੱਕ ਹੋਵੇ, ਹਰ ਤਰ੍ਹਾਂ ਕਰਕੇ ਉਹ ਸੁਚੇਤ ਹੋਵੇ ਅਤੇ ਆਪਣੀ ਕੌਮ ਨੂੰ ਬਾਹਰੀ ਦੁਸ਼ਮਣ ਦੇ ਹਮਲਿਆਂ ਤੋਂ ਸੁਚੇਤ ਕਰਦਾ ਹੋਵੇ, ਇਹੋ ਜਿਹੇ ਲੀਡਰ ਦੀ ਘਾਟ ਕਾਰਨ ਹੀ ਅੱਜ ਅਸੀਂ ਜਿਹੜੇ ਆ ਕਿ ਪਛੜ ਚੁੱਕੇ ਹਾਂ। ਪਰ ਜਿਹੜਾ ਅੱਜ ਵਰਤਾਰਾ ਵੇਖਣ ਨੂੰ ਮਿਲਿਆ ਹੈ ਇਹ ਨੌਜਵਾਨਾਂ ਦੇ ਅੰਦਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਵਰਗੇ ਜਾਂ ਬਾਹ ਯੋਧਿਆਂ ਦੀ ਸ਼ਹਾਦਤ, ਸ੍ਰੀ ਅਕਾਲ ਤਖਤ ਸਾਹਿਬ ਦੇ ਹਮਲੇ 'ਚੋਂ ਉਪਜਿਆ ਇਹ ਵਰਤਾਰਾ ਹੈ, ਚਾਹੇ ਉਹ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਚਾਹੇ ਭਾਈ ਜਗਤਾਰ ਸਿੰਘ ਹਵਾਰਾ, ਜਾਂ ਜਿੰਨੇ ਵੀ ਸੂਰਮੇ ਅੱਜ ਜੇਲ੍ਹਾਂ ਵਿੱਚ ਬੰਦ ਨੇ ਜਾਂ ਆਜ਼ਾਦੀ ਦੇ ਸੰਘਰਸ਼ ਲਈ ਲੜ ਰਹੇ ਨੇ। ਅਸਲੀ ਮਕਸਦ ਤਾਂ ਆਪਣੀ ਕੌਮ ਦੀ ਆਜ਼ਾਦੀ ਹੈ, ਲੇਕਿਨ ਆਜ਼ਾਦੀ ਉਦੋਂ ਤੱਕ ਸਾਨੂੰ ਨਹੀਂ ਹਾਸਲ ਹੋ ਸਕਦੀ ਜਿੰਨਾ ਚਿਰ ਅਸੀਂ ਇੱਕ ਨਿਸ਼ਾਨ, ਇੱਕ ਕੇਂਦਰੀ ਅਸਥਾਨ 'ਤੇ ਇਕੱਤਰ ਹੋ ਕੇ ਇੱਕ ਜ਼ਿੰਮੇਵਾਰ ਆਗੂ ਨੂੰ ਆਗੂ ਮੰਨ ਕੇ ਨਹੀਂ ਚੱਲਦੇ। ਪੰਜ ਸੰਦੀਪ ਕੌਰ ਜੀ, ਜਿਸ ਤਰ੍ਹਾਂ ਕਿ ਤੁਸੀਂ ਇਹ 'ਚ ਕੋਈ ਅਤਕਥਨੀ ਨਹੀਂ ਹੈ ਕਿ ਪਿਛਲੇ ਸਮੇਂ ਦਾ ਜਿਹੜਾ ਸਿੱਖ ਸੰਘਰਸ਼ ਸੀਗਾ ਜਿਹਨੂੰ ਅਸੀਂ ਇੱਕ ਸਿੱਖ ਆਜ਼ਾਦੀ ਦੀ ਜੰਗ ਵੀ ਕਹਿੰਦੇ ਹਾਂ, ਤੁਸੀਂ ਆਪਣੇ ਜਿਸਮ 'ਤੇ ਵੀ ਹੰਡਾਇਆ, ਤੁਸੀਂ ਉਸ ਸੰਘਰਸ਼ ਨੂੰ ਨੇੜੇ ਤੋਂ ਤੱਕਿਆ, ਉਸ ਤੋਂ ਬਾਅਦ ਜੋ ਕੁਛ ਸ਼ਹੀਦ ਪਰਿਵਾਰਾਂ ਦੇ ਨਾਲ ਹੋਇਆ ਤੁਸੀਂ ਉਹਨੂੰ ਕਲਮਬੰਦ ਵੀ ਕੀਤਾ,
उस तो बाद उन्होंने परिवारों की सांभ संभाल वाले पास भी तुम आए हो और तुम भी खालसे के इस जलाल रूप इस रूप से वेख्या 28 तो 31 तक कि कौम के बाहरी जोश का प्रगटावा पर की कारण है कि इस बाहरी जोश में असं जिन्होंने आप कहने सस्टेन्ड कंटीन्यूड प्रोसैस एक उस सिस्टम के क्यों नहीं चला सके कि यह जड़ा सा जो भी साड़ी भावना सी एक कौमी आजादी की लहर का रूप ली इस इन्ने व्डे उभार के बावजूद भी कौम लीडरलैस क्यों रही। देखो ये जो भी हुंदा काफ़ी लंबे समय तो असी देख रहे हैगे हाँ कि जदों भी कोई चाहे प्रोफेसर दविंद्रपाल सिंह भुल्लर की फांसी की गल हुंदी आ तां असी सारे जिहड़ी कौम है एक मुठ हो के सड़कां ते आ जांदे आ फिर भाई राजू आणे का मसला हो गया कोई भी इस तरह का मसला हुंदा कौम विच जज्बा हैगा वा इहदे विच कोई शक नहीं हैगा कि कौम विच जज्बे की कोई घाट नहीं हैगी गल फिर उत्थे ही आ जाती है कि साड़ी कौम जिहड़ी हैगी आ इहनूं एक अच्छे लीडर की लोड़ हैगी आ जिन्नी देर तक असी वधिया लीडरशिप नहीं पैदा करते हैगे उन्नी देर जज्बा तो है कौम दे विच पर इस जज्बे नूं सांभण वाले लीडर ही हो सकते हन जिन्नी देर तक वधिया लीडर नहीं साड़ी कौम विच पैदा हुंदा उन्नी देर तक इसे तरह ही कौम की जिहड़ी खज्जल खराबी हुंदी रहेगी जिवें कि जदों भी कोई इस तरह अबाल उठदा हैगा वा हर साल बाद 6 महीने बाद एक नौजवान नूं असी जड़े शहीद करवा लैने आ ते फिर थोड़ी जी शांति हो जाती है उस तो बाद फिर साल 6 महीने बाद इस तरह ही हुंदा हुण जिस तरह के ए सारा वर्तारा असी जड़ा केसरी निशाना दा जड़ा असी देखिया हैगा वा इस नूं चाहिदा ते सी ए सारे नौजवानां दी रिहाई दी गल करदे कई नौजवान 21-21 सालां तों जेल दे विच सड़ रहे हन सारियां दी एक सांझीवालता दी गल हुंदी क्यों इस तरह हुंदा कि जे प्रोफेसर दविंद्रपाल सिंह भुल्लर दी गल चल रही आ तां असीं भाई राजूआणा नूं भुल जांदे आ जदों भाई राजूआणा दी गल चलदी आ ते क्यों असीं भाई दविंद्रपाल सिंह भुल्लर हुणां नूं भुल जांदे आ क्यों नहीं असीं समुच्चे नौजवान जिहड़े इन्ने लंबे समें तों इस संघर्ष दे विच संघर्ष दौरान जिहड़े हैगे आ जेलां कट रहे असीं क्यों नहीं उन्हां समुच्चे रूप विच इक सांझीवालता दी गल करके असीं सारे नौजवानां दी रिहाई बारे असीं क्यों नहीं इक सांझा उपराला करदे ਇਹ ਸਾਡੀ ਸਾਰੀ ਕੌਮ ਨੂੰ ਸੋਚਣਾ ਚਾਹੀਦਾ ਹੈਗਾ ਕਿ ਅਸੀਂ ਜਦੋਂ ਵੀ ਗੱਲ ਕਰੀਏ ਸਾਰੇ ਸਮੁੱਚੇ ਜਿਹੜੇ ਨੌਜਵਾਨ ਜੇਲ੍ਹਾਂ ਵਿੱਚ ਬੰਦ ਹੈਗੇ ਆ ਉਹਨਾਂ ਦੀ ਗੱਲ ਕਰੀਏ ਜਦੋਂ ਅਸੀਂ ਜੇ ਅਸੀਂ ਇਸ ਤਰ੍ਹਾਂ ਭਾਈ ਰਾਜੂਆਣਾ ਦੇ ਮੁੱਦੇ ਦੇ ਉੱਤੇ ਅਸੀਂ ਇੱਕਮੁੱਠ ਹੋ ਕੇ ਅਸੀਂ ਏਕਤਾ ਦਿਖਾਈ ਹੈ ਤੇ ਕਿਸੇ ਹੱਦ ਤੱਕ ਅਸੀਂ ਸਫਲਤਾ ਵੀ ਪ੍ਰਾਪਤ ਕੀਤੀ ਹੈ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਸਾਰੇ ਨੌਜਵਾਨਾਂ ਦੀ ਰਿਹਾਈ ਦੀ ਸਮੁੱਚੇ ਰੂਪ ਵਿੱਚ ਗੱਲ ਕਰਾਂਗੇ ਤੇ ਕਿਉਂ ਨਹੀਂ ਸਾਨੂੰ ਸਫਲਤਾ ਮਿਲੇਗੀ ਕਿੰਨੀ ਕਿੰਨੀ ਦੇਰ ਤੋਂ ਜਿਹੜੇ ਨੌਜਵਾਨ ਹੈਗੇ ਆ ਭਾਈ ਲਖਵਿੰਦਰ ਸਿੰਘ ਹੈ ਇਸੇ ਬੇਅੰਤ ਸਿੰਘ ਕਾਂਡ ਦੇ ਵਿੱਚ ਭਾਈ ਗੁਰਮੀਤ ਸਿੰਘ ਹੈ ਜਿਨ੍ਹਾਂ ਨੂੰ ਹਜੇ ਤੱਕ ਕਿ ਸਾਲ ਵਿੱਚ ਜਿਹੜੀ 2 ਵਾਰ ਆਮ ਕੈਦੀਆਂ ਨੂੰ ਛੁੱਟੀ ਮਿਲਦੀ ਹੈ ਉਹ ਛੁੱਟੀ ਤੱਕ ਵੀ ਉਹਨਾਂ ਨੂੰ ਨਹੀਂ ਮਿਲ ਰਹੀ ਹੈਗੀ ਭਾਈ ਜਗਤਾਰ ਸਿੰਘ ਹਵਾਰਾ ਹੋ ਗਏ ਭਾਈ ਪਰਮਜੀਤ ਸਿੰਘ ਭਿਓਰਾ ਹੋ ਗਏ ਜਿਹੜੇ ਇੰਨੇ ਇੰਨੇ ਸਮਿਆਂ ਤੋਂ ਜੇਲ੍ਹਾਂ ਵਿੱਚ ਰੁਲ ਰਹੇ ਹੈਗੇ ਆ ਸਾਨੂੰ ਸਾਰੀ ਕੌਮ ਨੂੰ ਉਹਨਾਂ ਸਾਰੇ ਨੌਜਵਾਨਾਂ ਦੇ ਪ੍ਰਤੀ ਇੱਕਮੁੱਠ ਹੋ ਕੇ ਜਿਹੜੀ ਹੈਗੀ ਉਹ ਆਵਾਜ਼ ਉਠਾਉਣੀ ਚਾਹੀਦੀ ਹੈਗੀ ਆ। ਸਰਦਾਰ ਬਲਜੀਤ ਸਿੰਘ ਖਾਲਸਾ ਜੀ ਦੇ ਨਾਲ ਮੈਂ ਕੁਝ ਵਿਚਾਰ ਸਾਂਝੇ ਕਰਨਾ ਚਾਹੂੰਗਾ ਕਿਉਂਕਿ ਇਹਨਾਂ ਨੇ ਸਿੱਖ ਸੰਘਰਸ਼ ਨੂੰ ਕਲਮਬੰਦ ਕੀਤਾ ਆਪਣੀ ਕਲਮ ਤੋਂ ਜੋ ਇਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਉਸ ਤੋਂ ਬਾਅਦ ਜੋ ਕੁਛ ਕੌਮੀਅਤ ਦੇ ਨਾਲ ਵਾਪਰਿਆ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੀ ਨੌਜਵਾਨੀ ਕੋਹ ਕੋਹ ਕੇ ਮਾਰੀ ਗਈ ਇਹਨਾਂ ਨੇ ਉਹਨਾਂ ਨੂੰ ਵੀ ਬਾਖੂਬੀ ਕਲਮਬੰਦ ਕੀਤਾ। ਸੋ ਵੀਰ ਜੀ ਤੁਸੀਂ ਇਸ ਸੰਘਰਸ਼ ਦੇ ਕਲਮ ਕਰਨ ਵਾਲੇ ਸਫ਼ਰ ਦੇ ਨਾਲ ਬੜੇ ਚਿਰ ਤੋਂ ਜੁੜੇ ਹੋਏ ਹੋ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜਿਹੜਾ ਇਸ ਮੌਕੇ ਤੇ ਆ ਕੇ ਅਸੀਂ ਇੱਕ ਨਾਜ਼ੁਕ ਮੋੜ ਕਵਾਂਗੇ ਔਰ ਇੱਕ ਟਰਨਿੰਗ ਪੁਆਇੰਟ ਵੀ ਕਵਾਂਗੇ ਕਿ ਇਸ ਤਰ੍ਹਾਂ ਦਾ ਇੱਕ ਮੋੜ ਜਿੱਥੇ ਆ ਕੇ ਕੌਮ ਦੇ ਵਿੱਚ ਇੰਨੀ ਜ਼ਿਆਦਾ ਏਕਤਾ ਇਕੱਠਤਾ ਦ੍ਰਿੜਤਾ ਔਰ ਧਾਰਮਿਕ ਭਾਵਨਾ ਦਾ ਪ੍ਰਗਟਾਅ ਪੈਦਾ ਹੋਇਆ ਪਰ ਉਹ ਪ੍ਰਗਟਾਅ ਜਿਹੜਾ ਹੈ ਉਹ ਕੌਮੀ ਨੌਜਵਾਨੀ ਨੂੰ ਸੇਧ ਦੇਣ ਦਾ ਮਕਸਦ ਨਹੀਂ ਬਣ ਸਕਿਆ ਉਹਦੇ ਪਿੱਛੇ ਕੀ ਕਾਰਨ? ਇਹ ਜਿਹੜਾ ਉਭਾਰ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਅਸਲ ਵਿੱਚ ਇਹ ਗੱਲ ਜਿਹੜੀ ਹੈ ਇਹ ਭਾਈ ਬਲਵੰਤ ਸਿੰਘ ਰਾਜੂਆਣੇ ਦੀ ਇਕੱਲੀ ਨਹੀਂ ਸੀਗੀ ਕੌਮ ਦੇ ਅੰਦਰ ਜਿਹੜੀ ਆਪਣੇ ਨਾਲ ਲਗਾਤਾਰ 1947 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਬੇਇਨਸਾਫੀਆਂ ਹਟਾਉਂਦੀ ਆ ਰਹੀ ਹੈ ਉਹ ਰੋਸ ਜਿਹੜਾ ਕੌਮ ਦੇ ਅੰਦਰ ਇੱਕ ਪੈਦਾ ਹੈ ਪਰ ਕੌਮ ਇੱਕ ਲੀਡਰ ਨੂੰ ਉਡੀਕ ਰਹੀ ਹੈ। ਅਸਲ ਵਿੱਚ ਇਹ ਆ ਕਿ ਜਦੋਂ ਜਿਵੇਂ ਭਾਈ ਬਲਵੰਤ ਸਿੰਘ ਰਾਜੂਆਣੇ ਦੀ ਫਾਂਸੀ ਦੀ ਤਰੀਕ ਜਿਹੜੀ ਆ 31 ਤਰੀਕ ਮੁਕਰਰ ਕਰ ਦਿੱਤੀ ਇਹਨਾਂ ਨੇ ਉਹਦੇ ਨਾਲ ਉਹ ਜਿਹੜੀ ਬੇਇਨਸਾਫੀਆਂ ਦੀ ਜਿਹੜੀ ਹੈ ਝੰਬੀ ਹੋਈ ਸਿੱਖ ਕੌਮ ਇੱਕਦਮ ਰੋਸ ਪੈਦਾ ਹੋ ਗਿਆ ਉਹਨਾਂ ਦੇ ਅੰਦਰ ਪੂਰੀ ਕੌਮ ਦੇ ਵਿੱਚ ਕਿ ਇੱਕ ਪਾਸੇ ਦਿੱਲੀ ਕਾਨਪੁਰ ਵਰਗੀਆਂ ਥਾਵਾਂ 'ਤੇ ਹਜ਼ਾਰਾਂ ਸਿੱਖ ਜਿਹੜੇ ਦਿਨ ਦਿਹਾੜੇ ਜਿਉਂਦੇ 3 ਦਿਨ ਲਗਾਤਾਰ ਜਿਉਂਦੇ ਸਾੜ ਦਿੱਤੇ ਗਏ ਅਤੇ ਉਹਨਾਂ ਦੇ ਵਿੱਚੋਂ ਜਿਹੜੇ ਦੋਸ਼ੀ ਅਸਲ ਵਿੱਚ ਸਿੱਖਾਂ ਨੇ ਨਹੀਂ ਗੈਰ ਸਿੱਖਾਂ ਦੇ ਜਿਹੜੇ ਉੱਥੋਂ ਦੇ ਸਿਟੀਜਨ ਕਮਿਸ਼ਨ ਜਾਂ ਦੂਜੇ ਜਿਨ੍ਹਾਂ ਨੇ ਜਿਨ੍ਹਾਂ ਦੋਸ਼ੀਆਂ ਦੀ ਸ਼ਨਾਖਤ ਕੀਤੀ
ਉਹਨਾਂ ਦੇ ਵਿੱਚੋਂ ਇੱਕ ਦਿਨ ਲਈ ਵੀ ਕਿਸੇ ਨੂੰ ਜੇਲ੍ਹ 'ਚ ਨਹੀਂ ਰੱਖਿਆ ਗਿਆ। ਦੂਜੇ ਪਾਸੇ ਇਹ ਜਿਹੜੇ ਨੇ ਆਪਣੇ ਜਿਨ੍ਹਾਂ ਸਿੰਘਾਂ 'ਤੇ ਕਤਲ ਦੇ ਮੁਕੱਦਮੇ ਚੱਲ ਰਹੇ, ਇਹਨਾਂ ਨੂੰ ਲਗਾਤਾਰ ਉਮਰ ਕੈਦਾਂ ਤੋਂ ਵੀ ਵੱਧ ਜਿਹੜਾ ਕੈਦ ਰੱਖਿਆ ਗਿਆ, ਅਤੇ ਇਹ ਜਿਹੜੀ ਆ ਇੱਕ ਬਹੁਤ ਵੱਡੀਆਂ ਸਜ਼ਾਵਾਂ ਨੇ ਜਿਹੜੀਆਂ, ਇਹਨਾਂ ਸਜ਼ਾਵਾਂ ਦੇ ਵਿੱਚ ਉਹਨਾਂ ਨੂੰ ਬਿਲਕੁਲ ਛੁੱਟੀ ਨਹੀਂ ਦਿੱਤੀ ਗਈ। ਇੱਥੋਂ ਤੱਕ ਕਿ ਭਾਈ ਜਗਤਾਰ ਸਿੰਘ ਹਵਾਰਾ ਵਰਗਿਆਂ ਦੀ ਜਿਹੜੀ 5 ਸਾਲ ਜਿਹੜੀ ਖੂਨ ਦੇ ਕਿਸੇ ਰਿਸ਼ਤੇਦਾਰ ਦੇ ਨਾਲ ਵੀ ਮੁਲਾਕਾਤ ਨਹੀਂ ਕਰਨ ਦਿੱਤੀ ਗਈ। ਇਹਦੇ ਬਾਵਜੂਦ, ਇੰਨਾ ਕੁਛ ਹੋਣ ਦੇ ਬਾਵਜੂਦ, ਜਦੋਂ ਦੇਖਿਆ ਕੌਮ ਨੇ ਕਿ ਇਹਦੇ ਬਾਵਜੂਦ ਅਜੇ ਇਹਨਾਂ ਦਾ ਜਿਹੜਾ ਉਹ ਢਿੱਡ ਨਹੀਂ ਭਰਿਆ, ਅਤੇ ਅਜੇ ਉਹ 18-18 ਸਾਲ ਤੋਂ ਬੰਦ ਜਿਹੜੇ ਨੌਜਵਾਨ ਉਹਨਾਂ ਨੂੰ ਫਾਂਸੀ 'ਤੇ ਵੀ ਚੜਾਉਣਾ ਚਾਹੁੰਦੇ, ਅਤੇ ਕੌਮ ਦੇ ਅੰਦਰ ਇੱਕਦਮ ਜਿਹੜਾ ਰੋਸ ਪੈਦਾ ਹੋ ਗਿਆ। ਇਹ ਰੋਸ ਜਿਹੜਾ ਇੱਕ ਸੁਨੇਹਾ ਸੀਗਾ ਕਿ ਅਸੀਂ ਜਿਹੜੀ ਸਾਡੀ ਕੌਮ ਬੇਸ਼ੱਕ ਜਿਹੜੀ ਆ ਇਸ ਵੇਲੇ ਕਿ ਅਸਲ ਵਿੱਚ ਲੀਡਰਸ਼ਿਪ ਹੈ ਕੌਮ ਦੇ ਕੋਲ, ਪਰ ਕੌਮ ਦੇ ਅੰਦਰ ਜਿਹੜਾ ਨੌਜਵਾਨ ਤਬਕਾ ਜਾਂ ਜਿਹੜਾ ਉਹ ਵਿਸ਼ਵਾਸ ਨਹੀਂ ਕਰ ਰਿਹਾ ਫਿਲਹਾਲ ਉਸ ਲੀਡਰਸ਼ਿਪ 'ਤੇ। ਇਸ ਲਈ ਉਹ ਉਦੋਂ ਤੱਕ ਮੇਰੇ ਖਿਆਲ ਨਾਲ ਤਾਂ ਇੱਕ ਕਿਸਮ ਦਾ ਜਿਸ ਤਰੀਕੇ ਦੀ ਉਹ ਕਿ ਇੱਕ ਲੀਡਰ ਦੀ ਉਡੀਕ ਦੇ ਵਿੱਚ ਬੈਠਾ, ਪਰ ਜਦੋਂ ਇੱਦਾਂ ਦਾ ਕੋਈ ਮੁੱਦਾ ਉੱਠਦਾ ਜਿਵੇਂ ਭਾਈ ਬਲਵੰਤ ਸਿੰਘ ਰਾਜੋਵਾਲਾ ਦੀ ਫਾਂਸੀ ਦੀ ਤਰੀਕ ਜਿਹੜੀ ਹੈ ਇਹ ਪੱਕੀ ਕਰ ਦਿੱਤੀ, ਉਦੋਂ ਉਹ ਆਪਣੇ ਵੱਲੋਂ ਜਿਹੜਾ ਕਿ ਬਿਨਾਂ ਲੀਡਰ ਤੋਂ ਜਿਵੇਂ ਫੌਜਾਂ ਦੇ ਲੜਨ ਵਾਂਗ ਮੈਦਾਨ ਦੇ ਵਿੱਚ ਆ ਜਾਂਦਾ। ਇਹ ਇੱਕ ਸੁਨੇਹਾ ਸੀਗਾ ਇਹਨਾਂ ਨੂੰ ਕਿ ਜਿੰਨੀਆਂ ਬੇਇਨਸਾਫੀਆਂ ਜਿਹੜੀਆਂ ਸਿੱਖ ਕੌਮ ਨਾਲ ਜਿਹੜੀਆਂ ਹੁਣ ਤੱਕ ਜਿਹੜੀਆਂ ਭਾਰਤੀ ਸਟੇਟ ਨੇ ਕੀਤੀਆਂ, ਉਸ ਨੂੰ ਸਿੱਖ ਕੌਮ ਜਿਹੜੀ ਆ ਭੁੱਲੀ ਨਹੀਂ, ਅਤੇ ਉਹਨੂੰ ਆਪਣਾ ਹੱਕ ਜਿਹੜਾ ਆਜ਼ਾਦੀ ਦਾ ਉਹ ਲੈਣਾ ਸਿੱਖ ਕੌਮ ਨੇ, ਅਤੇ ਇਹਦੇ ਲਈ ਕੌਮ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ। ਪਰ ਲੀਡਰਸ਼ਿਪ ਦੀ ਫਿਲਹਾਲ ਜਿਹੜੀ ਆ ਇੱਕ ਘਾਟ ਜਿਹੜੀ ਮਹਿਸੂਸ ਕੀਤੀ ਜਾ ਰਹੀ ਹੈ, ਪਰ ਕੌਮ ਇਹ ਸੁਨੇਹਾ ਜਿਹੜਾ ਉਹ ਦੇ ਦਿੰਦੀ ਹੈ ਕਿ ਜੇ ਇਹਨੂੰ ਵੀ ਇੰਨੀ ਵੀ ਨਿਤਾਣੀ ਜਿਹਾ ਸਮਝਿਆ ਜਾਵੇ ਕੌਮ ਨੂੰ ਕਿ ਤੁਸੀਂ ਲਗਾਤਾਰ ਜਿਹੜੇ ਸਾਡੇ ਨੌਜਵਾਨਾਂ ਨੂੰ 18-18 ਸਾਲ ਜੇਲ੍ਹਾਂ 'ਚ ਰੱਖ ਕੇ ਉਸ ਤੋਂ ਬਾਅਦ ਵੀ ਕਹੋਗੇ ਕਿ ਇਹਨਾਂ ਨੂੰ ਹੁਣ ਫਾਂਸੀਆਂ 'ਤੇ ਵੀ ਟੰਗਣਾ, ਅਤੇ ਉਦੋਂ ਕੌਮ ਦੇ ਅੰਦਰ ਜਿਹੜਾ ਇੱਕਦਮ ਜੋਸ਼ ਪੈਦਾ ਹੋਣਾ, ਰੋਸ ਪੈਦਾ ਹੋਣਾ, ਜਿਹੜਾ ਇਹ ਜਿਹੜਾ ਵਰਤਾਰਾ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ, ਅਤੇ ਇਹ ਇੱਕ ਭਾਰਤੀ ਹਾਕਮਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਸਿੱਖ ਕੌਮ ਜਿਹੜੀ ਹੈ ਉਹ ਹੋਰ ਵਧੀਕੀਆਂ 'ਤੇ ਧੱਕੇਸ਼ਾਹੀ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕਰੇਗੀ। ਜਿਸ ਤਰ੍ਹਾਂ ਵੀਰ ਜੀ ਬਲਜੀਤ ਸਿੰਘ ਹੋਣਾ ਦੱਸਿਆ ਕਿ ਇਹ ਜੋ ਕੁਛ ਹੋਇਆ ਇਹ ਸਿੱਖ ਕੌਮ ਦੇ ਨਾਲ ਹੋਈਆਂ ਜਿਹੜੀਆਂ ਸਟੇਟ ਦੀਆਂ ਵਧੀਕੀਆਂ ਸੀ ਉਹਨਾਂ ਦਾ ਪ੍ਰਗਟਾਅ ਸੀ। ਔਰ ਅਕਸਰ ਅਸੀਂ ਵੇਖਦੇ ਹਾਂ ਦੁਨਿਆਵੀ ਇਤਿਹਾਸ ਦੇ ਵਿੱਚ ਕਿ ਕਈ ਵਾਰੀ ਕਿਸੇ ਸਟੇਟ ਦੇ ਖਿਲਾਫ ਜਦੋਂ ਇੱਕ ਲਹਿਰ ਉੱਠਦੀ ਹੈ ਤਾਂ ਲਹਿਰਾਂ 'ਚੋਂ ਲੀਡਰ ਪੈਦਾ ਹੁੰਦੇ ਨੇ। ਸੰਤ ਜਰਨੈਲ ਸਿੰਘ ਦੇ ਸਮੇਂ ਇੱਕ ਵਰਤਾਰਾ ਬੜਾ ਵੱਖਰਾ ਸੀਗਾ ਕਿ ਸਟੇਟ ਦੇ ਖਿਲਾਫ ਅਜੇ ਲਹਿਰ ਨਹੀਂ ਸੀ ਚੱਲੀ, ਸੰਤ ਜਰਨੈਲ ਸਿੰਘ ਇੱਕ ਲੀਡਰ ਦੇ ਰੂਪ 'ਚ ਉੱਭਰੇ ਅਤੇ ਇੱਕ ਲਹਿਰ ਨੂੰ ਜਨਮ ਦੇ ਦਿੱਤਾ। ਪਰ ਉੱਥੇ ਜੇ ਅਸੀਂ ਅੱਜ ਦੇ ਹਾਲਾਤ ਵੇਖੀਏ ਕਿ ਲਹਿਰ ਹੈ ਪਰ ਲੀਡਰ ਨਹੀਂ ਉੱਭਰ ਸਕਿਆ, ਇਸਦੇ ਕੀ ਕਾਰਨ ਨੇ? ਦੇਖੋ ਇਹਦੇ ਕਾਰਨ ਇਹ ਆ ਬੜਾ ਸਪਸ਼ਟ ਕਿ ਲੀਡਰ ਸੀ ਕੌਮ ਦੇ ਕੋਲ ਅਤੇ ਸ਼ਕਤੀ ਹੈ ਨਹੀਂ ਸੀ, ਬਿਲਕੁਲ ਛੋਟੀ ਜਿਹੀ ਮਿਸਲ ਸੀ ਗੁਜਰਾਂਵਾਲੇ 'ਚ, ਅਤੇ ਉਹ ਇੱਕ ਬਹੁਤ ਵੱਡੀ ਸਲਤਨਤ ਪੈਦਾ ਕਰ ਗਈ। ਬਹੁਤ ਵੱਡੀ ਸਲਤਨਤ ਸੀ, ਕਈ ਲੱਖਾਂ ਦੀ ਤਾਦਾਦ 'ਚ ਫੌਜ ਸੀ, ਬਹੁਤ ਵੱਡਾ ਖਜ਼ਾਨਾ ਸੀ, ਬਹੁਤ ਵੱਡੀ ਤਾਕਤ ਸੀ, ਪਰ ਲੀਡਰ ਜਿਹੜਾ ਸੀ ਉਹ ਇੱਕ 10-11 ਸਾਲ ਦਾ ਉਹ ਬੱਚਾ ਸੀ ਜਾਂ ਇਸ ਤੋਂ ਵੀ ਛੋਟੀ ਉਮਰ ਦਾ ਬੱਚਾ ਸੀ, ਤਾਂ ਉਹ ਵੱਡੀ ਸਲਤਨਤ ਡਿੱਗ ਪਈ। ਲੀਡਰ ਬਗੈਰ ਕਦੇ ਕੋਈ ਕੌਮ ਨਹੀਂ ਲੜ ਸਕਦੀ। ਮੰਡੇਲਾ ਬੇਸ਼ੱਕ ਇਕੱਲਾ ਹੀ ਸੀ, ਉਹਨੇ ਇਕੱਲੇ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ। ਆਹ ਸਾਡੇ ਸਾਹਮਣੇ ਬਰਮਾ ਦੇ ਵਿੱਚ ਜਿਹਨੂੰ ਅੱਜ ਕੱਲ੍ਹ ਅਸੀਂ ਦੇਖਦੇ ਹਾਂ, ਉੱਥੇ ਦੀ ਉਹ ਲੜਕੀ ਬੀਬੀ ਜਿਹੜੀ ਹੈ ਉਹ ਇਕੱਲੀ ਨੇ ਹੀ ਇੱਕ ਲੋਕਾਂ ਵਿੱਚ ਉਭਾਰ ਅਤੇ ਜਜ਼ਬਾਤ ਲੈ ਆਉਂਦਾ। ਪਾਕਿਸਤਾਨ ਦੇ ਵਿੱਚ ਗਵਰਨਰੀ ਰਾਜ ਚੱਲਦੇ ਸੀ, ਫੌਜੀ ਰਾਜ ਚੱਲਦੇ ਸੀ, ਅਤੇ ਬੇਨਜ਼ੀਰ ਭੁੱਟੋ ਇੱਕ ਲੀਡਰ ਉੱਠ ਕੇ ਆਈ, ਉਹਨੇ ਉਹ ਲਜਿਆਵ ਹੱਕ ਦੀ ਜਾਂ ਉਸ ਤੋਂ ਬਾਅਦ ਵਾਲੇ ਦੀ ਵੀ ਲੀਡਰਸ਼ਿਪ ਜਿਹੜੀ ਸੀ ਉਹਨੂੰ ਪਿੱਛੇ ਹਟਾ ਦਿੱਤਾ, ਜਿਹਦੇ 'ਚ ਮੁਸ਼ਰਫ ਵਗੈਰਾ ਹੁੰਦੇ ਆ। ਸੋ ਸਵਾਲ ਇਹ ਪੈਦਾ ਹੁੰਦਾ ਕਿ ਬਿਨਾਂ ਲੀਡਰ ਤੋਂ ਬਿਲਕੁਲ ਕੌਮ ਨਹੀਂ ਉੱਠ ਸਕਦੀ। ਇੱਕੋ ਹੀ ਨੁਕਤੇ 'ਤੇ ਮੈਂ ਫਿਰ ਵੀ ਇੱਥੇ ਆਵਾਂਗਾ ਕਿ ਸਾਡਾ ਨੁਕਤਾ ਹੈ ਕਿ ਜਿੰਨਾ ਚਿਰ ਸਿੱਖ ਕੌਮ ਲੀਡਰ ਪੈਦਾ ਕਰਨ ਵਾਲੇ ਪਾਸੇ ਨਹੀਂ ਤੁਰੇਗੀ, ਇਹੋ ਜਿਹੇ ਵਕਤੀ ਜਜ਼ਬਾਤ ਆਉਂਦੇ ਰਹਿਣਗੇ, ਕਿਉਂਕਿ ਕੌਮ 'ਚ ਜਾਨ ਹੈ, ਕੌਮ ਦੇ ਵਿੱਚ ਕਲਗੀਆਂ ਦਾ ਵਸਦਾ ਹੈ, ਕੌਮ ਦੇ ਵਿੱਚ ਸ਼ਹੀਦਾਂ ਦਾ ਖੂਨ ਹੈ, ਕੌਮ 'ਚ ਬਹੁਤ ਕੁਝ ਹੈ। ਕਈ ਵਾਰੀ ਕੌਮ ਆਪਣੇ ਆਪ ਹੀ ਬਹੁਤ ਵੱਡੇ ਜਵਾਹਰ ਭਾਟੇ ਲੈ ਸਕਦੀ ਹੈ, ਪਰ ਸਦੀਵੀ ਲੜਾਈ ਜਾਂ ਇਹਦੇ 'ਚੋਂ ਜਿੱਤ ਉਹਨਾਂ ਚਿਰ ਪ੍ਰਾਪਤ ਬਿਲਕੁਲ ਨਹੀਂ ਹੋਏਗੀ ਜਿੰਨਾ ਚਿਰ ਲੀਡਰਸ਼ਿਪ ਨਹੀਂ ਹੋਏਗੀ। ਮੇਰਾ ਇਹ ਮਤ ਬੜਾ ਸਪਸ਼ਟ ਤੇ ਸਾਫ਼ ਹੈ। ਦੂਸਰੀ, ਜੇਕਰ ਅਸੀਂ ਇਸ ਨੂੰ ਕੌਮੀ ਸਿਧਾਂਤਾਂ ਦੀ ਰੋਸ਼ਨੀ 'ਚ ਵੇਖੀਏ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਆਪਣੇ ਜਿਉਂਦੇ ਜੀ ਜਾਨ ਛੀਨ ਨੂੰ ਚੁਣਦੀ ਜਿਹੜੀ ਆ ਉਹ ਮਰਿਆਦਾ ਰਹੀ ਹੈ ਕਿ ਆਪਣੇ ਥਾਪਿਆ ਲੈਣਾ ਜਿਉਂਦੇ ਤੋਂ ਬਾਅਦ ਖਾਲਸਾ ਅਕਾਲਪੁਰ ਕੀ ਫੌਜ ਤੱਕ। ਇਹ ਜਿਹੜਾ ਸਿਧਾਂਤ ਇਸ ਤਰ੍ਹਾਂ ਚੱਲਦਾ ਹੈ, ਕਿਹੜੀ ਘਾਟ ਵੇਖ ਰਹੇ ਹਾਂ ਕਿ ਅੱਜ ਸਾਡੀਆਂ ਜਥੇਬੰਦੀਆਂ ਚਾਹੇ ਫੈਡਰੇਸ਼ਨਾਂ ਦੇ ਪ੍ਰਧਾਨ ਅੱਜ ਬਜ਼ੁਰਗ ਹੋ ਗਏ ਨੇ ਪਰ ਅਗਲੇ ਬੰਦੇ ਨੂੰ ਪ੍ਰਧਾਨਗੀ ਥਾਪਣ ਵਾਲੇ ਪਾਸੇ ਨਹੀਂ ਤੁਰ ਰਹੇ? ਕੀ ਕਾਰਨ ਹੈ ਕਿ ਅਸੀਂ ਨੌਜਵਾਨ ਪੀੜ੍ਹੀ ਨੂੰ ਲੀਡਰਸ਼ਿਪ 'ਤੇ ਜਗ੍ਹਾ ਕਿਉਂ ਨਹੀਂ ਦੇ ਰਹੇ ਜਦੋਂ ਉਹਨਾਂ 'ਚ ਜੋਸ਼, ਇੱਥੋਂ ਤੱਕ ਕਿ ਉਹਨਾਂ ਕੋਲ ਗੋਲੀਆਂ ਖਾਣ ਦੀ ਸਮਰੱਥਾ ਹੈ, ਪਰ ਅਸੀਂ ਉਹਨਾਂ ਨੂੰ ਲੀਡਰਸ਼ਿਪ ਦੇ ਅਦਾਰੇ 'ਚ ਕਿਉਂ ਨਹੀਂ ਲੈ ਕੇ ਆ ਰਹੇ? ਦੇਖੋ ਜੀ, ਬੜਾ ਸਪਸ਼ਟ, ਤੁਸੀਂ ਬੜਾ ਵਧੀਆ ਸਵਾਲ ਕੀਤਾ। ਬਾਬਾ ਕਬੀਰ ਜੀ ਦੀ ਬਾਣੀ, ਗੁਰੂ ਨਾਨਕ ਸਾਹਿਬ ਦੀ ਬਾਣੀ ਇੱਕ ਰੂਪ ਹੈ।
ਬਾਬਾ ਕਬੀਰ ਦੂਜਾ ਕਬੀਰ ਨਹੀਂ ਪੈਦਾ ਕਰ ਸਕਿਆ ਔਰ ਇਸ ਲਈ ਉਹਨਾਂ ਦਾ ਇੱਕ ਧਰਮ ਇੱਕ ਕੌਮ ਇੱਕ ਰੂਪ ਨਹੀਂ ਲੈ ਸਕੀ। ਗੁਰੂ ਨਾਨਕ ਸਾਹਿਬ ਨੇ ਦੂਸਰਾ ਗੁਰੂ ਨਾਨਕ ਪੈਦਾ ਕੀਤਾ, 10 ਗੁਰੂ ਨਾਨਕ ਪੈਦਾ ਕੀਤੇ ਆ, ਜਿਹਦਾ ਨਤੀਜਾ ਅੱਜ ਸਿੱਖ ਕੌਮ ਦੀ ਹੋਂਦ ਆਸਤੀ ਜਜ਼ਬਾਤ ਦੁਨੀਆਂ ਵਿੱਚ ਉਹਦਾ ਇੱਕ ਆਪਣਾ ਥਾਂ ਹੈ। ਔਰ ਇਹ ਮਤਲਬ ਇੱਕ ਬੜੀ ਸਪਸ਼ਟਵਾਦੀ ਗੱਲ ਹੈ। ਅਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾ ਥਾਪ ਕੇ ਜਾਂਦੇ ਔਰ ਇਸ ਤਰ੍ਹਾਂ ਸਾਡਾ ਲੀਡਰ ਨਾ ਬਣਿਆ ਹੁੰਦਾ ਤਾਂ ਮੇਰਾ ਖਿਆਲ 'ਚ ਜਿਹੜਾ ਉਹ ਪਹਿਲਾ ਜਲ ਜਲਾਓ ਕੌਮ ਨੇ ਦੇਖਿਆ ਉਹ ਨਹੀਂ ਸੀ ਦੇਖਿਆ ਜਾ ਸਕਦਾ। ਇਹ ਗੱਲਾਂ ਜ਼ਰੂਰੀ ਨੇ, ਹਰ ਵਕਤ ਜ਼ਰੂਰੀ ਨੇ। ਬਿਨਾਂ ਲੀਡਰ ਤੋਂ, ਜੇਕਰ ਗਾਂਧੀ ਨਹਿਰੂ ਨਾ ਹੁੰਦੇ ਏਡਾ ਵੱਡਾ ਹਿੰਦੁਸਤਾਨ ਉਹ ਨਾ ਲਿਜਾਂਦੇ, ਨਾ ਹੀ ਜਨਾਹ ਲਿਜਾ ਸਕਦਾ। ਅਗਰ ਇੱਥੇ ਸਾਡੇ ਉਸ ਸਮੇਂ ਇੱਕ ਮਾਸਟਰ ਛੋਟਾ ਜਿਹਾ ਹੀ ਉਹਦੀ ਥਾਂ 'ਤੇ ਕੋਈ, ਮੈਂ ਮੰਨ ਕੇ ਚੱਲਦਾ ਉਹਦੀ ਜਗ੍ਹਾ 'ਤੇ ਕੋਈ ਹੋਰ ਲੀਡਰ ਹੁੰਦਾ, ਮਸਲਨ ਕੋਈ ਜਿਵੇਂ ਪਟਿਆਲੇ ਵਾਲਾ ਰਾਜਾ ਹੀ ਉਹੋ ਜਿਹੇ ਲੀਡਰ ਚੁਣ ਲੈਂਦੇ ਤਾਂ ਸਿੱਖਾਂ ਦਾ ਵੀ ਆਪਣਾ ਉਸ ਦਿਨ ਘਰ ਬਣ ਜਾਂਦਾ, ਕਿਉਂਕਿ ਉਸ ਬੰਦੇ ਨੂੰ ਪਤਾ ਸੀ ਕੌਮਾਂਤਰੀ ਹਾਲਾਤ ਕਿੱਥੇ ਜਾ ਰਹੇ ਆ, ਅਸੀਂ ਕਿੱਥੇ ਖੜੇ ਹੋਣਾ। ਸੋ ਮੈਂ ਇਹ ਗੱਲ ਬਿਲਕੁਲ ਕਲੀਅਰ ਹਾਂ ਅਤੇ ਸਪਸ਼ਟ ਹਾਂ, ਮੇਰੀ ਜ਼ਿੰਦਗੀ ਦਾ ਤਜਰਬਾ। ਮੈਂ 40 ਤੋਂ ਮਤਲਬ 59 ਦਾ ਜਨਮ ਸੀ, 70 ਤੋਂ ਮੈਂ ਟਕਸਾਲ 'ਚ ਆ ਗਿਆ, ਫਿਰ ਉਸ ਤੋਂ ਬਾਅਦ ਸਾਰਾ ਸੰਘਰਸ਼ ਅੱਖਾਂ 'ਚ ਵੇਖਿਆ। ਸੰਤ ਕਰਤਾਰ ਸਿੰਘ, ਸੰਤ ਜਰਨੈਲ ਸਿੰਘ, ਸੰਤ ਜਰਨੈਲ ਸਿੰਘ ਕਹਿੰਦੇ ਜੀ ਉਹਨੇ ਬਹੁਤ ਵੱਡਾ ਇਨਕਲਾਬ ਲਿਆਂਦਾ। ਕਿਉਂ ਲਿਆਂਦਾ ਜੀ? ਉਹਦੇ ਪਿੱਛੇ ਸੰਤ ਕਰਤਾਰ ਸਿੰਘ ਵੱਲੋਂ 37 ਨਗਰ ਕੀਰਤਨ ਕੀਤੇ, ਐਮਰਜੈਂਸੀ ਦਾ ਵਿਰੋਧ ਕੀਤਾ, ਐਡਾ ਵੱਡਾ ਅੰਮ੍ਰਿਤ ਸੰਚਾਰ ਕੀਤਾ, ਪ੍ਰਚਾਰ ਕੀਤਾ, ਲੋਕਾਂ ਦੀ ਇੱਕ ਜ਼ਮੀਨ ਬਣਾਈ ਹੋਈ ਸੀ, ਉਹਦੇ 'ਚ ਬੀਜ ਬੀਜਿਆ ਸੀ। ਸੰਤ ਜਰਨੈਲ ਸਿੰਘ ਨੇ ਉਸੇ ਬੀਜ ਨੂੰ ਪਾਣੀ ਦੇ ਕੇ ਉਭਾਰ ਕੇ ਵੱਡਾ ਕਰ ਦਿੱਤਾ। ਅਗਰ ਸੰਤ ਜਰਨੈਲ ਸਿੰਘ ਟਕਸਾਲ ਦਾ ਮੁਖੀ ਨਾ ਹੁੰਦਾ, ਉਹ ਪਿੰਡ ਵਿੱਚ ਜਿੱਥੇ ਉਹ ਖੇਤੀ ਕਰ ਰਿਹਾ ਸੀ ਅਤੇ ਜਿੱਥੇ ਉਹਨਾਂ ਦੇ ਭਰਾ ਦੂਜੇ ਖੇਤੀ ਕਰਦੇ, ਉੱਥੇ ਉਹ ਖੇਤੀ ਕਰਦਾ ਹੋਣਾ ਸੀ। ਉਹਨੂੰ ਇੱਕ ਵਿਰਸੇ 'ਚ ਇੱਕ ਜਥੇਬੰਦੀ ਮਿਲੀ ਸੀ, ਮਜ਼ਬੂਤ ਜਥੇਬੰਦੀ ਮਿਲੀ ਸੀ, ਉਹਨੇ ਉਸ ਜਥੇਬੰਦੀ ਨੂੰ ਉੱਤੋਂ ਹੀ ਫੜ ਕੇ ਉਸ ਜਥੇਬੰਦੀ ਨੂੰ ਹੋਰ ਗਾਂਹ ਲਿਆ ਕੇ ਅਤੇ ਇਨਕਲਾਬ ਪੈਦਾ ਕਰ ਦਿੱਤਾ। ਸੋ ਇਹ ਗੱਲ ਬਿਲਕੁਲ ਸਪਸ਼ਟ ਅਤੇ ਸਾਫ਼ ਅੱਖਰਾਂ 'ਚ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਬਿਨਾਂ ਲੀਡਰ ਤੋਂ ਕੋਈ ਸੰਘਰਸ਼, ਕੋਈ ਕੁਛ ਨਹੀਂ ਹੋ ਸਕਦਾ। ਵਕਤੀ ਤੌਰ 'ਤੇ ਇਹੋ ਜਿਹੇ ਜਵਾਹਰ ਭਾਟੇ ਆਉਂਦੇ ਰਹਿੰਦੇ ਆ, ਇਹ ਗਾਂਹ ਵੀ ਆਉਂਦੇ ਰਹਿਣਗੇ। ਇਸੇ ਸੰਦਰਭ ਦੇ ਵਿੱਚ ਜੇ ਅਸੀਂ ਇਸ ਗੱਲ ਨੂੰ ਵੇਖੀਏ ਕਿ ਇਹ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ ਚੇਤਨਤਾ ਸੰਤ ਜਰਨੈਲ ਸਿੰਘ ਹੋਣਾ ਨੇ ਇੱਕ ਸੰਘਰਸ਼ ਦੇ ਰੂਪ 'ਚ ਪੈਦਾ ਕੀਤੀ, ਉਹਦੀ ਪਿੱਠ ਭੂਮੀ ਦੇ ਪਿੱਛੇ ਸੰਤ ਕਰਤਾਰ ਸਿੰਘ ਹੋਣਾ ਦੀ ਘਾਲਣਾ ਖੜੀ ਸੀ। ਜੇ ਅਸੀਂ ਇਸੇ ਨਜ਼ਰੀਏ 'ਚ ਵੇਖੀਏ ਤੇ ਅੱਜ ਜਦੋਂ ਹਰ ਮੁਹਾਜ਼ ਤੇ ਸਾਡੀ ਲੀਡਰਸ਼ਿਪ ਆਪੋ ਤਾਪੀ ਜਾਂ ਮਤਭੇਦਾਂ ਕਰਕੇ ਫੇਲ ਆ, ਤਾਂ ਕੀ ਕਿਤੇ ਇਸ ਸਾਡੀ ਹੰਡੀ ਜਾ ਚੁੱਕੀ ਲੀਡਰਸ਼ਿਪ ਦਾ ਫਰਜ਼ ਨਹੀਂ ਬਣਦਾ ਕਿ ਉਹ ਨਵੀਂ ਲੀਡਰਸ਼ਿਪ ਨੂੰ ਅੱਗੇ ਆਉਣ ਦੇ ਵਾਸਤੇ ਉਹਨਾਂ ਦੇ ਦਰਵਾਜ਼ੇ ਖੋਲ੍ਹੇ? ਦੇਖੋ, ਇਹ ਇਸ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਪਿਛਲੇ ਸਮੇਂ 'ਚ ਵੀ ਅਸੀਂ ਦੇਖਦੇ ਹਾਂ ਕਿ ਸਰਦਾਰ ਮਾਨ ਤਾਂ ਜੇਲ੍ਹ 'ਚ ਬੈਠੇ ਸੀ, ਉਹਨਾਂ ਦੇ ਜੇਲ੍ਹ 'ਚ ਬੈਠਿਆਂ ਹੀ ਬਜ਼ੁਰਗ ਬਾਬਾ ਜਗਿੰਦਰ ਸਿੰਘ ਸੀ, ਬਾਬਾ ਠਾਕਰ ਸਿੰਘ ਸੀ, ਜਾਂ ਹੋਰ ਜਿਹੜੇ ਨੌਜਵਾਨ ਸਨ ਜਿਹੜੇ ਉਸ ਸਮੇਂ ਕੋਈ ਫੈਡਰੇਸ਼ਨ ਦੇ ਰੂਪ 'ਚ ਜਾਂ ਕੋਈ ਖਾੜਕਾਂ ਦੇ ਰੂਪ 'ਚ ਸਨ, ਉਹਨਾਂ ਨੇ ਇੱਕ ਲੀਡਰਸ਼ਿਪ ਪੈਦਾ ਕਰਤੀ ਪੰਜਾਬ ਵਿੱਚ। ਜੇਲ੍ਹ 'ਚ ਬੈਠੇ ਮਾਨ ਨੂੰ ਜਾਂ ਬਿਮਲ ਕੌਰ ਨੂੰ ਜਾਂ ਹੋਰ ਜਿੰਨੇ ਸੀ ਹੋਰ, ਉਹਨਾਂ ਨੂੰ ਲੀਡਰ ਬਣਾ ਕੇ ਰੱਖ ਦਿੱਤਾ। ਜਦ ਉਹ ਲੀਡਰ ਬਣ ਕੇ ਉਹਨਾਂ ਨੂੰ ਕੌਮ ਦੀ ਅਗਵਾਈ ਕਰਨੀ ਸੀ ਅਤੇ ਅਸੀਂ ਉਹਨਾਂ ਨੂੰ ਆਪ ਹੀ ਉਸ ਲੀਡਰਸ਼ਿਪ ਤੋਂ ਥੱਲੇ ਸਿੱਟਿਆ, ਜਦੋਂ ਅਸੀਂ ਬਿਲਕੁਲ ਉਹਨਾਂ ਦੀ ਮਰਜ਼ੀ ਤੋਂ ਉਲਟ ਫੈਸਲਾ, ਸਿਪਾਹੀਆਂ ਨੇ ਫੈਸਲਾ ਕੀਤਾ, ਫੌਜੀਆਂ ਨੇ ਫੈਸਲਾ ਕਰ ਲਿਆ ਅਤੇ ਉਹ ਜਰਨੈਲਾਂ ਨੂੰ ਫੈਸਲੇ ਦੇ ਪਿੱਛੇ ਸੀ ਅਤੇ ਅਸੀਂ ਉਸਦੇ ਨਤੀਜਾ ਭੁਗਤਿਆ। ਅਕਾਲੀ ਕਾਂਗਰਸ ਸਰਕਾਰਾਂ ਵੀ ਭੋਗ ਰਹੇ ਆ, ਸਾਨੂੰ ਕੁੱਟ ਵੀ ਰਹੇ ਆ, ਮਾਰ ਵੀ ਰਹੇ ਆ, ਲਤਾੜ ਵੀ ਰਹੇ ਆ, ਬਦਨਾਮ ਵੀ ਕਰ ਰਿਹਾ, ਸਭ ਕੁਝ ਕਰੀ ਜਾ ਰਿਹਾ, ਪਰ ਇਹਨਾਂ ਨੂੰ ਅੱਗੇ ਆਉਣ ਦਾ ਮੌਕਾ ਕਿਹਨਾਂ ਦਿੱਤਾ? ਅਸੀਂ ਆਪ ਹੀ ਦਿੱਤਾ। ਮੈਂ ਇਸ ਵਿੱਚ ਜ਼ਿਆਦਾ ਨਹੀਂ ਪੈਣਾ ਚਾਹੁੰਦਾ। ਸੋ ਮੈਂ ਅੱਜ ਵੀ ਬੇਨਤੀ ਕਰਾਂਗਾ ਕਿ ਸਾਡੇ ਕਿਸੇ ਕਈ ਤਰ੍ਹਾਂ ਦੇ ਮਤਭੇਦ ਹੋਣਗੇ, ਵਿਚਾਰਾਂ ਦੇ ਵਖਰੇਵੇਂ ਹੋਣਗੇ, ਇਹ ਹੁੰਦੇ ਰਹਿੰਦੇ ਆ। ਜਿਸ ਕੌਮ ਵਿੱਚ ਜਿਉਂਦੀਆਂ ਕੌਮਾਂ ਵਿੱਚ ਵਖਰੇਵੇਂ ਵੀ ਹੁੰਦੇ ਆ, ਮਤਭੇਦ ਵੀ ਹੁੰਦੇ ਆ, ਕਦੇ ਮੁਰਦੇ ਮੁਰਦਿਆਂ ਨਾਲ ਨਹੀਂ ਲੜਦੇ। ਸਾਡੀ ਕੌਮ ਇੱਕ ਜਿਉਂਦਿਆਂ ਦੀ ਕੌਮ ਹੈ, ਇਹਦੇ 'ਚ ਹਰ ਗੱਲ ਦੇ ਉੱਤੇ ਵਿਚਾਰਾਂ ਦਾ ਵਖਰੇਵੇਂ ਵੀ ਹੋਣੇ ਆ, ਇਹ ਤਾਂ ਸਾਨੂੰ ਘਬਰਾਉਣ ਦੀ ਲੋੜ ਨਹੀਂ, ਸਾਨੂੰ ਇੱਕੋ ਗੱਲ ਦੇ ਉੱਤੇ ਜ਼ਰੂਰਤ ਦੇਣ ਦੀ ਲੋੜ ਹੈ। ਦੇਖੋ, ਅਸੀਂ ਸਮਾਜ ਵਿੱਚੋਂ ਹਾਂ, ਸਮਾਜ ਸਾਡੇ ਵਿੱਚੋਂ ਨਹੀਂ, ਦੁਨੀਆਂ ਭਰ ਵੱਲ ਸਾਨੂੰ ਨਿਗਾਹ ਮਾਰ ਕੇ ਚੱਲਣੀ ਚਾਹੀਦੀ। ਸਾਨੂੰ ਨਿਹਰਾ ਪੰਜਾਬ ਜਾਂ ਸਿੱਖ ਜਾਂ ਆਪਣੇ ਬਿਲਕੁਲ ਨੇੜੇ ਤੱਕ ਨਹੀਂ ਨਿਗਾਹ ਰੱਖਣੀ ਚਾਹੀਦੀ। ਦੁਨੀਆਂ ਕਿੱਥੇ ਖੜੀ ਹੈ? ਇੱਕ ਸਮਾਂ ਸੀ ਕਿ ਦੁਨੀਆਂ ਤਲਵਾਰ ਨਾਲ ਰਾਜ ਪ੍ਰਾਪਤ ਕਰਦੀ ਸੀ, ਅਸੀਂ ਉਸ ਵਿੱਚ ਸ਼ਾਮਿਲ ਹੋ ਗਏ, ਅਸੀਂ ਬਹੁਤ ਕੁਝ ਪ੍ਰਾਪਤ ਕਰ ਲਿਆ, ਸਿੱਖ ਰਾਜ ਸਥਾਪਿਤ ਕਰ ਲਿਆ। ਅੱਜ ਦੁਨੀਆਂ ਕਿੱਥੇ ਖੜੀ ਹੈ? ਦੁਨੀਆਂ ਇੱਥੇ ਖੜੀ ਹੈ ਕਿ ਬਹੁਤ ਸਿਰਾਂ ਦੀ ਗਿਣਤੀ ਦੀ ਗੱਲ ਹੈ। ਦੁਨੀਆਂ ਇੱਥੇ ਕਰੀ ਵਿਚਾਰ 'ਤੇ ਖੜੀ ਹੈ, ਚਾਹੇ ਉਹ ਅਮੈਰੀਕਾ ਤੋਂ ਲੈ ਕੇ ਇੰਗਲੈਂਡ ਤੋਂ ਲੈ ਕੇ ਥੱਲੇ ਤੱਕ ਛੋਟੇ ਛੋਟੇ ਦੇਸ਼ਾਂ ਤੱਕ, ਉਹ ਇਸ ਤਰ੍ਹਾਂ ਹੀ ਸਿਸਟਮ ਜਿਹੜਾ ਬਣ ਕੇ ਆ ਰਿਹਾ, ਸਾਨੂੰ ਉਸ ਸਿਸਟਮ ਨੂੰ ਵੀ ਅਪਣਾਉਣਾ ਪੈਂਦਾ। ਦੁਨੀਆਂ ਸਾਡੇ ਵਿੱਚੋਂ ਨਹੀਂ, ਅਸੀਂ ਦੁਨੀਆਂ ਵਿੱਚ ਇੱਕ ਹਿੱਸਾ ਹਾਂ। ਮੈਂ ਮੇਰੇ ਵਿਚਾਰ ਮੁਤਾਬਕ ਸਾਨੂੰ ਪਬਲਿਕਲੀ ਲੀਡਰ ਪੈਦਾ ਕਰਨਾ ਪਏਗਾ, ਉਹਦੇ ਵਾਸਤੇ ਜਦੋਂ ਸਿਰ ਜੋੜਿਆ ਜਾਊਗਾ ਉਹਦੇ ਵਿੱਚੋਂ ਕੁਛ ਨਾ ਕੁਛ ਨਿਕਲ ਸਕਦਾ। ਜਿਸ ਤਰ੍ਹਾਂ ਕਿ ਭਾਈ ਮੋਹਕਮ ਸਿੰਘ ਹੋਣਾ ਨੇ ਦੱਸਿਆ ਕਿ ਸੱਚਮੁੱਚ ਹੀ ਆ ਜਿਹੜੀ ਕੌਮ ਹੈ ਇੱਕ ਲੀਡਰ ਤੋਂ ਬਿਨਾਂ ਲੜ ਰਹੀ ਹੈ। ਸਰਦਾਰ ਬਲਜੀਤ ਸਿੰਘ, ਜਦੋਂ ਅਸੀਂ ਇਤਿਹਾਸ ਨੂੰ ਵੇਖਦੇ ਹਾਂ ਤਾਂ ਸਰਦਾਰ ਕਰਮ ਸਿੰਘ ਹਿਸਟੋਰੀਅਨ ਜਦੋਂ ਸਮੁੱਚੀ ਸਿੱਖ ਲਹਿਰ ਦਾ ਅਧਿਐਨ ਕਰਦੇ ਨੇ ਤਾਂ ਉਹ ਚਮਕੌਰ ਦੀ ਗੜੀ ਤੋਂ ਲੈ ਕੇ ਜਦੋਂ ਗੁਰਦਾਸ ਨੰਗਲ ਦੀ ਗੜੀ ਤੱਕ ਦਾ ਅਧਿਐਨ ਕਰਦੇ ਨੇ ਤਾਂ ਇੱਕ ਗੱਲ ਜਿਹੜੀ ਭਾਈ ਮੋਹਕਮ ਸਿੰਘ ਹੋਣਾ ਨੇ ਕਹੀ ਹੈ ਕਿ ਸੰਮਤੀ ਭੇਦ ਜਿਉਂਦੀਆਂ ਕੌਮਾਂ 'ਚ ਹੁੰਦੇ ਨੇ।
ਹਮੇਸ਼ਾ ਜਿਉਂਦੀਆਂ ਕੌਮਾਂ ਦੇ ਵਿੱਚ ਸੰਮਤੀ ਭੇਦ ਹੁੰਦੇ ਨੇ। ਪਰ ਸਾਡੀ ਜਦੋਂ ਅਸੀਂ 18ਵੀਂ ਸਦੀ ਦਾ ਇਤਿਹਾਸ ਵੇਖਦੇ ਹਾਂ ਤਾਂ ਮਿਸਲਾਂ ਦੇ ਵਿੱਚ ਸੰਮਤੀ ਭੇਦ ਜ਼ਰੂਰ ਰਿਹਾ, ਪਰ ਜਦੋਂ ਕਿ ਬਾਹਰੋਂ ਹਮਲਾਵਰ ਆਉਂਦਾ ਸੀ ਤਾਂ ਉਦੋਂ ਕੌਮ ਦੀ ਇੱਕ ਨੀਤੀ ਰਹੀ ਹੈ ਕਿ ਮਿਸਲ ਵੰਡ ਅਬ ਕਬੇ ਨਾ ਪਾਵੋ। ਹੁਣ ਬਾਹਰੋਂ ਹਮਲਾਵਰ ਆ ਗਿਆ ਵਾ, ਆਪਸੀ ਝਗੜੇ ਛੱਡ ਕੇ ਇਕੱਠੇ ਹੋ ਜਾਓ। ਪਰ ਜਦੋਂ ਸਾਨੂੰ ਇਹ ਪਤਾ ਕਿ ਸਾਡੀ ਨੌਜਵਾਨੀ ਜੇਲ੍ਹਾਂ 'ਚ ਰੁਲ ਰਹੀ ਹੈ, ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ, ਉੱਥੇ ਜੇ ਕੌਮ ਇਕੱਠੀ ਵੀ ਹੁੰਦੀ ਆ ਤਾਂ ਫਿਰ ਵੀ ਲੀਡਰ ਜਨਮ ਨਾ ਲੈ ਸਕੇ, ਤਾਂ ਇਹਦੇ ਵਿੱਚ ਸਾਡੀ ਕੌਮ ਦੇ ਪਿੱਛੇ ਕਿਹੜੀਆਂ ਉਹ ਭਾਵਨਾਵਾਂ ਜਾਂ ਕਿਹੜੀਆਂ ਕਦਰਾਂ ਕੀਮਤਾਂ ਨੇ ਜਿਹੜੀਆਂ ਅੱਜ ਸਾਡੀ ਕੌਮ ਦੇ ਵਿੱਚੋਂ ਮਨਫੀ ਹੋ ਗਈਆਂ ਨੇ। ਜਿਸ ਵੇਲੇ ਆਪਣਾ ਮਿਸਲਾਂ ਦੀ ਗੱਲ ਹੁੰਦੀ ਆ ਕਿ ਉਦੋਂ ਅਸਲ ਵਿੱਚ ਵੱਖ ਵੱਖ ਮਿਸਲਾਂ ਜੰਨੀਆਂ ਸੀਗੀਆਂ, ਉਦੋਂ ਵਿਸਾਖੀ ਅਤੇ ਦਿਵਾਲੀ ਦੇ ਦੋ ਮੌਕੇ ਇੱਦਾਂ ਦੇ ਸੀ ਜਦੋਂ ਸਾਰਾ ਪੰਥ ਸ੍ਰੀ ਅਕਾਲ ਤਖਤ ਸਾਹਿਬ 'ਤੇ ਇਕੱਠਾ ਹੁੰਦਾ ਸੀ, ਅਤੇ ਉਦੋਂ ਤਕਰੀਬਨ ਜਿਹੜੇ ਆ ਪੰਥ ਦੇ ਮਸਲੇ ਜਿਹੜੇ ਉੱਥੇ ਵਿਚਾਰੇ ਜਾਂਦੇ ਸੀ, ਹਰੇਕ ਮਿਸਲ 'ਤੇ ਜਿਹੜਾ ਨੁਮਾਇੰਦਾ ਉੱਥੇ ਇੱਕ ਜਗ੍ਹਾ 'ਤੇ ਬੈਠਦਾ ਸੀ। ਅਤੇ ਇਹ ਅੰਗਰੇਜ਼ ਲਿਖਾਰੀਆਂ ਨੇ ਵੀ ਲਿਖਿਆ ਕਿ ਉਸ ਵੇਲੇ ਪਹਿਲਾਂ ਇਹ ਸਹਿਮਤੀ ਨਾਲ ਜਿਹੜੇ ਸਾਰੇ ਉੱਥੇ ਆਉਂਦੇ ਸੀਗੇ ਕਿ ਜਿਹੜੇ ਨਿੱਜੀ ਮਸਲੇ ਨੇ ਜਿਵੇਂ ਮਿਸਲਾਂ ਦੇ ਆਪਣੇ ਝਗੜੇ ਜਾਂ ਸਰਦਾਰਾਂ ਦੇ ਆਪਣੇ ਝਗੜੇ, ਉਹਨਾਂ ਨੂੰ ਤੁਸੀਂ ਬਾਹਰ ਹੀ ਛੱਡ ਕੇ ਆਉਣਾ, ਜਿਹੜੇ ਇੱਥੇ ਸਿਰਫ ਕੌਮੀ ਮਸਲੇ ਜਿਹੜੇ ਨੇ ਉਹ ਵਿਚਾਰੇ ਜਾਣਗੇ। ਇਸ ਕਰਕੇ ਅਸਲ ਵਿੱਚ ਗੱਲ ਤਾਂ ਇਹ ਸੀਗੀ ਕਿ ਆਪਣੀ ਨਿੱਜ ਜਿਹੜੀ ਆ ਆਪਣਾ ਨਿੱਜਵਾਦ ਜਿਹੜਾ ਉਸਨੂੰ ਲਾਂਭੇ ਰੱਖਦੇ ਸੀ ਅਤੇ ਕੌਮ ਦੀ ਜਿਹੜੀ ਆ ਕੰਪਸਤੀ ਉਹਨੂੰ ਮੁੱਖ ਰੱਖਿਆ ਜਾਂਦਾ ਸੀ। ਅੱਜ ਅਸਲ ਵਿੱਚ ਨਿੱਜ ਪ੍ਰਸਤੀ ਜਿਹੜੀ ਆ ਉਹ ਅੱਗੇ ਰੱਖੀ ਜਾ ਰਹੀ ਆ ਅਤੇ ਕੌਮ ਪ੍ਰਸਤੀ ਜਿਹੜੇ ਕੌਮੀ ਨਿਸ਼ਾਨੇ ਨੇ ਉਹ ਪਿੱਛੇ ਪੈ ਜਾਂਦੇ ਆ। ਅਤੇ ਜਦੋਂ ਨਿੱਜੀ ਗੱਲਾਂ ਹੁੰਦੀਆਂ, ਨਿੱਜੀ ਰੰਜਿਸ਼ਾਂ ਹੁੰਦੀਆਂ, ਨਿੱਜੀ ਝਗੜੇ ਹੁੰਦੇ ਆ ਅਤੇ ਉਹਨਾਂ ਦੇ ਵਿੱਚ ਕੌਮ ਉਲਝ ਜਾਂਦੀ ਹੈ ਅਤੇ ਜਿਹੜੇ ਕੌਮੀ ਮਸਲੇ ਨੇ ਕੌਮੀ ਨਿਸ਼ਾਨੇ ਉਹਨਾਂ 'ਤੇ ਏਕਤਾ ਜਿਹੜੀ ਜਿਹੜੀ ਉਹ ਬਣ ਸਕਦੀ ਹੈ। ਇਸ ਕਰਕੇ ਉਹ ਏਕਤਾ ਜਿਹੜੀ ਅਸਲ ਵਿੱਚ ਨੁਕਸਾਨ ਇਹੀ ਹੈ ਕਿ ਉਦੋਂ ਹਰੇਕ ਸਰਦਾਰ, ਹਰੇਕ ਮਿਸਲ, ਹਰੇਕ ਜਥੇਬੰਦੀ ਸਭ ਤੋਂ ਪਹਿਲਾਂ ਕੌਮ ਦੇ ਹਿੱਤ ਨੂੰ ਦੇ ਬਾਰੇ ਸੋਚਦੀ ਸੀ, ਅੱਜ ਕੱਲ੍ਹ ਸਭ ਤੋਂ ਪਹਿਲਾਂ ਆਪਣੇ ਹਿੱਤ ਜਿਹੜੇ ਉਹ ਸੋਚੇ ਜਾ ਰਹੇ ਆ ਅਤੇ ਕੌਮੀ ਹਿੱਤ ਜਿਹੜੇ ਉਹ ਪਿੱਛੇ ਪੈ ਜਾਂਦੇ ਆ। ਸਰਦਾਰ ਬਲਵੰਤ ਸਿੰਘ ਕਪਾਲਾ ਜੀ, ਸਾਡੇ ਕੋਲ 2-3 ਮਿੰਟ ਦਾ ਸਮਾਂ ਬਚਿਆ, ਉਸ ਤੋਂ ਬਾਅਦ ਲੰਡਨ ਸਟੂਡੀਓ ਸਾਡੇ ਜਿਹੜੇ ਵੀਰ ਬੈਠੇ ਨੇ ਉਹਨਾਂ ਨੇ ਇਸੇ ਮੁੱਦੇ ਤੇ ਵਿਚਾਰ ਕਰਨੀ ਹੈ। ਸੋ ਤੁਹਾਡੇ ਨਾਲ ਮੈਂ ਇੱਕ ਗੱਲ ਕਰਨਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਕੌਮ ਦੇ ਵਿੱਚ ਆਏ ਇਸ ਖਾਲਸਾਈ ਜਾਹੋ ਜਲਾਲ ਦੇ ਉਭਾਰ ਦੇ ਵਿੱਚ ਸਿੱਖ ਲੀਡਰਸ਼ਿਪ ਦੀਆਂ ਜਿਹੜੀਆਂ ਕੁੰਡੀਆਂ ਨੇ, ਬਾਦਲ ਦਲ ਤੋਂ ਲੈ ਕੇ ਸਾਡੀਆਂ ਪੰਥਕ ਧਿਰਾਂ ਤੱਕ ਆਪਸ 'ਚ ਫਸੀਆਂ ਹੋਈਆਂ ਨੇ, ਕੀ ਅਸੀਂ ਕਿਸੇ ਸੁਹਿਰਦ ਲੀਡਰਸ਼ਿਪ ਦੀ ਆਸ 'ਚ ਬੈਠੇ ਹਾਂ ਜਾਂ ਇਹ ਸੋਚਦੇ ਹਾਂ ਵੀ ਕੋਈ ਨਿੱਤਰੂ ਵੜੇਵੇਂ ਕਹਾਣੀ ਵੀ ਇਹਨਾਂ ਦੇ ਵਿੱਚੋਂ ਕੋਈ ਪੈਦਾ ਹੋਵੇਗਾ, ਕੀ ਸੋਚਦੇ ਅਸੀਂ? ਮੈਂ ਤਾਂ ਇਹ ਦੇਖਦਾ ਜੀ ਕਿ ਸਭ ਤੋਂ ਵੱਡੀ ਗੱਲ ਸਾਡੇ ਲਈ ਸਭ ਤੋਂ ਯੋਗ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ, ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਿਹੜਾ ਜਥੇਦਾਰ ਉਹ ਸਰਬੱਤ ਖਾਲਸਾ ਨਿਯੁਕਤ ਕਰੇ, ਔਰ ਜਥੇਦਾਰ ਅਜਿਹਾ ਹੋਵੇ ਜਿਵੇਂ ਕਿ ਜਥੇਦਾਰ ਸਿੰਘ ਸਾਹਿਬ ਬਾਬਾ ਅਕਾਲੀ ਫੂਲਾ ਸਿੰਘ ਜੀ ਸੀ, ਉਹ ਕਿਸੇ ਰਾਜੇ ਦੀ, ਕਿਸੇ ਫੌਜਾਂ ਦੀ, ਕਿਸੇ ਹਕੂਮਤ ਦੀ ਤਾਕਤ ਦੀ ਪਰਵਾਹ ਨਾ ਕਰਦਾ ਹੋਵੇ, ਉਹ ਤਲੀ 'ਤੇ ਸੀਸ ਟਿਕਾ ਕੇ ਔਰ ਕੌਮ ਦੇ ਲਈ ਮਰ ਮਿਟਣ ਦਾ ਜਜ਼ਬਾ ਰੱਖ ਕੇ ਔਰ ਕੌਮ ਨੂੰ ਇੱਕ ਕਲਾਵੇ ਦੇ ਵਿੱਚ, ਉਹਦੇ ਵਾਸਤੇ ਕੋਈ ਵੀ ਸਿੱਖ ਅਜਿਹਾ ਨਾ ਹੋਵੇ ਕਿ ਇਹ ਨੀਵਾਂ ਉੱਚਾ ਇਹੋ ਜਿਹੀਆਂ ਗੱਲਾਂ ਮਤਭੇਦਾਂ ਤੋਂ ਉੱਪਰ ਉੱਠ ਕੇ ਔਰ ਕੌਮ ਨੂੰ ਗਲਵਕੜੀ 'ਚ ਲੈ ਕੇ ਕੌਮ ਦੀ ਅਗਵਾਈ ਕਰੇ, ਔਰ ਸ੍ਰੀ ਅਕਾਲ ਤਖਤ ਸਾਹਿਬ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਖਾਲਸੇ ਪੰਥ ਨੂੰ ਅਜਿਹਾ ਯੋਗ ਸਥਾਨ ਦਿੱਤਾ ਹੈ ਜਿਸ ਤੋਂ ਕਿ ਸਾਡੇ ਰਾਜ ਦੀ, ਧਰਮ ਦੀ ਸਾਰੀ ਗੱਲ ਚੱਲ ਸਕਦੀ ਹੈ। ਬਹੁਤ ਬਹੁਤ ਧੰਨਵਾਦ ਗੋਪਾਲਾ ਜੀ। ਭੈਣ ਜੀ ਸੰਦੀਪ ਕੌਰ ਜੀ, ਆਖਰੀ ਇੱਕ ਮਿੰਟ ਦੇ ਵਿੱਚ ਆਖਰੀ ਇੱਕ ਸਵਾਲ ਕਿ ਜਿਸ ਤਰ੍ਹਾਂ ਅਸੀਂ ਅਕਸਰ ਵੇਖਿਆ ਦੁਨੀਆਂ ਦੇ ਇਤਿਹਾਸ ਦੇ ਵਿੱਚ, ਕਈ ਵਾਰ ਤਾਂ ਕੌਮਾਂ ਦੀਆਂ ਲਹਿਰਾਂ 'ਚੋਂ ਲੀਡਰ ਨਿਕਲਦੇ ਨੇ ਅਤੇ ਕਈ ਵਾਰੀ ਜਦੋਂ ਸੰਭਾਵਿਤ ਅਸੀਂ ਕਹਿੰਦੇ ਵਰਦਾਨ ਰੂਪ 'ਚ ਲੀਡਰ ਮਿਲ ਜਾਂਦੇ ਨੇ, ਜਿਹਨੂੰ ਆਪਾਂ ਕਹਿੰਦੇ ਕਿ ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ, ਬੜੀ ਮੁੱਦਤ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ, ਅਸੀਂ ਕਿਸ ਵਾਸਤੇ ਬੈਠੇ, ਲੀਡਰ ਕਿੱਥੋਂ ਆਊਗਾ? ਦੇਖੋ, ਲੀਡਰ ਤਾਂ ਕੌਮ ਦੇ ਵਿੱਚੋਂ ਹੀ ਪੈਦਾ ਹੋਣੇ ਹੁੰਦੇ ਹੈਗੇ ਆ। ਇਹ ਤਾਂ ਹੁਣ ਸਾਨੂੰ ਸਭ ਨੂੰ ਸੋਚਣਾ ਚਾਹੀਦਾ, ਕਈ ਵਾਰੀ ਇਹ ਹੋ ਜਾਂਦੀ ਬੜੇ ਮੰਦਭਾਗੀ ਗੱਲ ਹੁੰਦੀ ਹੈ ਕਿ ਇੰਨੀ ਇੰਨੀ ਕੁਰਬਾਨੀ ਵਾਲੇ ਜਿਹੜੇ ਹੈਗੇ ਆ ਅਸੀਂ ਉਹਨਾਂ ਨੂੰ ਵੀ ਕਿਸੇ 'ਤੇ ਵਿਸ਼ਵਾਸ ਨਹੀਂ ਕਰਦੇ ਹੈਗੇ। ਇੱਕ ਕੌਮ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਜਿਹੜੀ ਬੇਵਿਸ਼ਵਾਸੀ ਹੈਗੀ ਆ ਉਹ ਘਰ ਘਰ ਚੁੱਕੀ ਹੈਗੀ ਆ। ਜਿੰਨੀ ਦੇਰ ਤੱਕ ਅਸੀਂ ਕੌਮ ਪ੍ਰਸਤ ਜਾਂ ਪੰਥ ਪ੍ਰਸਤ ਨਹੀਂ ਬਣਦੇ, ਜ਼ਿਆਦਾਤਰ ਦੇਖਣ ਵਿੱਚ ਆਉਂਦਾ ਹੈਗਾ ਕਿ ਅਸੀਂ ਧੜੇਬੰਦੀਆਂ ਨਾਲ ਜੁੜੇ ਹੋਏ ਹਾਂ, ਜਿਹੜੇ ਵੀ ਹਰ ਕੋਈ ਆਪਣੀ ਜਥੇਬੰਦੀ ਦੀ ਗੱਲ ਕਰਦਾ, ਆਪਣੀ ਧੜੇਬੰਦੀ ਦੀ ਗੱਲ ਕਰਦਾ, ਗੁਰੂ ਗ੍ਰੰਥ ਦੀ ਅਤੇ ਗੁਰੂ ਪੰਥ ਦੀ ਗੱਲ ਜਿੰਨੀ ਦੇਰ ਨਹੀਂ ਅਸੀਂ ਕਰਦੇ ਹੈਗੇ, ਉਨੀ ਦੇਰ ਤੱਕ ਅਸੀਂ ਇੱਕ ਵਧੀਆ ਜਿਹੜਾ ਲੀਡਰ ਹੈਗਾ ਵਾ ਉਹ ਕੌਮ ਨੂੰ ਨਹੀਂ ਦੇ ਸਕਦੇ। ਇਹੀ ਹੈਗਾ ਕਿ ਸਾਨੂੰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਨਾਲ ਜੁੜਨਾ ਚਾਹੀਦਾ, ਨਾ ਕਿ ਕਿਸੇ ਧੜੇਬੰਦੀ ਦੇ ਨਾਲ ਜੁੜ ਕੇ, ਅਤੇ ਸਾਨੂੰ ਕੌਮ ਦੀ ਗੱਲ ਕਰਨੀ ਚਾਹੀਦੀ ਹੈਗੀ, ਕੌਮੀ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ। ਮਿਹਰਬਾਨੀ ਭੈਣ ਜੀ ਸੰਦੀਪ ਕੌਰ ਜੀ। ਸੋ ਆਖਰ 'ਤੇ ਜਦੋਂ ਅਸੀਂ ਸਮੁੱਚੀ ਵਾਰਤਾਲਾਪ ਦੇ ਵਿੱਚ ਇੱਕ ਸਿੱਟੇ 'ਤੇ ਪਹੁੰਚ ਸਕਦੇ ਹਾਂ ਕਿ ਇੰਝ ਲੱਗਦਾ ਹੈ
कि साढ़े हालात उही बने ने कि कौम दे विच किते ना किते धरातल दे पद्धर ते जिहड़ियां उहदियां ग्राउंड रियालिटीज़ ने उहनां विच तां किते ना किते एकता इकट्ठ दृढ़ता कौम दे प्रति समर्पण है पर किते ना किते साडी लीडरशिप इस समुची कौम दे एके नूं ते उहदे समर्पण नूं कौमी हितां दे विच वरतण दे वास्ते नाकाम साबित हो रही है। सो इहदे विच मेरे ख्याल दे नाल असीं उस हालात च पहुंचे हैं कि जदों कौम मैदाने जंग च लड़ मर रही हुंदी है ते किते कोई शाह मुहम्मद वर्गा शायर इह गल कहि हुंदा कि शाह मुहम्मद दा इक सरकार वजों फौजां जित के अंत नूं हारियां ने। सो मैनूं लगदा कि अज त्रासदी दा साडी कौम दे वास्ते उह समां जदों कौम दे विच लड़न मरन दे जज्बात ने पर कौम दे कोल संत जरनैल सिंह खालसा भिंडरांवालिया वर्गा जरनैल कोई नहीं। सो हुण असीं तुहानूं लै के जांदे आ लंदन स्टूडियो दे विच जिथे साडे वीर इसे ही वार्तालाप दे इसे ही विशे दे नाल तुहाडे नाल विचार सांझे करनगे। साडे सारिआं वल्लों आप जी नूं वाहिगुरू जी का खालसा वाहिगुरू जी की फतेह। अपील नहीं कर रहा और फिर भी उस दे उत्ते फांसी दी स्टे हो रही है ये हिस्टरी च मेरा ख्याल कदे नहीं होया। इहो जे मौके आउंदे रहिंदे आ सानू लोड़ है इस नूं सांभण दी संभालण दी और इहदे विचों कुछ प्राप्त करन दी कौम वास्ते इह साडे ते जिम्मेवारी होई है। कहे वी जिस तरह 28 वाला दिन सी 31 तक दा दिन सी जे उहो जी हर वक्त ही रहे फौज जिहड़ी छाउणियां च वी जांदी है फौज बार्डरां ते वी जांदी है फौज हर तरह दे कम करदी है। सो इस वास्ते हर वक्त बार्डर ते नहीं खड़िया जा सकदा इस तरह ही हुंदा इस वास्ते सानू घबराउण दी लोड़ नहीं। ਭਾਈ ਸਾਹਿਬ ਇੱਕ ਤਾਂ ਹੁੰਦਾ ਹੈ ਕੌਮ ਦਾ ਜਿਹੜਾ ਬਾਹਰੀ ਜਲਾਲ ਵੇਖਣ ਨੂੰ ਮਿਲਦਾ ਹੈ ਇੱਕ ਹੁੰਦਾ ਹੈ ਕਿ ਕੌਮ ਦਾ ਅੰਦਰੂਨੀ ਉਭਾਰ ਹੁੰਦਾ ਹੈ। ਜਲਾਲ ਤਾਂ ਅਸੀਂ ਕਹਿੰਦੇ ਕਿ 1-2 ਦਿਨ ਤੱਕ ਹੀ ਚੱਲਦਾ ਹੈ ਬਾਅਦ ਦੇ ਵਿੱਚ ਨਹੀਂ ਚੱਲਦਾ ਪਰ ਜਿਹੜੇ ਕੌਮ ਦੇ ਜਜ਼ਬਾਤਾਂ ਦਾ ਉਭਾਰ ਹੁੰਦਾ ਹੈ ਕਿ ਸਾਡੇ ਨਾਲ ਵਤੀਰੇ ਕੀ ਹੋ ਰਹੇ ਨੇ। ਭਾਈ ਗੋਪਾਲਾ ਜੀ ਬੜੇ ਜ਼ਿੰਮੇਵਾਰ ਸੱਜਣ ਬੈਠੇ ਆ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕੁਝ ਐਸੀਆਂ ਗੱਲਾਂ ਹੁੰਦੀਆਂ ਜਿਹੜੀਆਂ ਸਦੀਵੀ ਹੁੰਦੀਆਂ ਨੇ ਕੁਝ ਐਸੀਆਂ ਗੱਲਾਂ ਹੁੰਦੀਆਂ ਨੇ ਜਿਹੜੇ ਕੁਝ ਸਮੇਂ ਵਾਸਤੇ ਆਉਂਦੀਆਂ ਨੇ ਕੁਝ ਸਮੇਂ ਬਾਅਦ ਉਹ ਮੱਧਮ ਪੈਂਦੀਆਂ ਨੇ। ਮੇਰੀ ਜ਼ਿੰਦਗੀ ਵਿੱਚ ਬਹੁਤ ਵਾਰੀ ਇਹੋ ਜਿਹੇ ਦਿਨ ਆਏ ਆ ਮੈਂ ਸਰਬੱਤ ਖਾਲਸੇ ਵੇਲੇ ਦੀਆਂ ਗੱਲਾਂ ਕਰੀਏ 99 ਵਿੱਚ ਉਹ ਇਲੈਕਸ਼ਨਾਂ ਦੀ ਗੱਲ ਕਰੀਏ ਉਸ ਤੋਂ ਬਾਅਦ ਬਾਈਕਾਟ ਜਿਵੇਂ 93% ਸਿੱਖਾਂ ਨੇ ਕਰ ਦਿੱਤਾ ਜਾਂ ਪੰਜਾਬੀਆਂ ਨੇ ਕਰ ਦਿੱਤਾ ਉਸ ਤੋਂ ਬਾਅਦ ਚੰਗੇ ਮਾੜੇ ਵਧੀਆ ਗਲਤ ਸਾਰੇ ਸਮੇਂ ਆਏ ਆ ਕੌਮਾਂ 'ਚ ਬੜੇ ਉਭਾਰ ਆਉਂਦੇ ਆ ਸਰਸੇ ਵਾਲੇ ਮਾਮਲੇ 'ਚ ਵੀ ਆਏ ਆ। ਕੋਈ ਵੀ ਸੰਘਰਸ਼ ਕੋਈ ਵੀ ਚੀਜ਼ ਜਿਹੜੀ ਉਹ ਸਦੀਵੀ ਇੱਕ ਸਾਰ ਨਿਰੰਤਰ ਨਹੀਂ ਚੱਲਦੀ। ਈਵਨ ਮੈਂ ਕਹਿੰਦਾ ਕਿ ਇੰਡੀਆ ਪਾਕਿਸਤਾਨ ਦੀਆਂ ਲੜਾਈਆਂ ਉਹ ਵੀ 10-15 ਦਿਨਾਂ ਦੇ ਵਿੱਚ ਹੀ ਸਮਾਪਤ ਹੋ ਜਾਂਦੀਆਂ ਨੇ। ਈਵਨ ਵੱਡੇ ਵੱਡੇ ਦੇਸ਼ ਜਿਹੜੇ ਨੇ ਉਹ ਵੀ ਕੁਝ ਸਮੇਂ ਕੌਮ ਦੇ ਬਹੁਤ ਹੀ ਸੰਜੀਦਾ ਔਰ ਇੱਕ ਅਹਿਮ ਮੁੱਦੇ ਉੱਪਰ ਗੱਲਬਾਤ ਕਰਾਂਗੇ। ਇਸ ਮੁੱਦੇ ਨੂੰ ਅਸੀਂ ਸੰਗਤਾਂ ਦੇ ਸਾਹਮਣੇ ਲੈ ਕੇ ਆ ਰਹੇ ਹਾਂ ਔਰ ਇਸ ਮੁੱਦੇ ਵਿੱਚ ਸਾਡੇ ਨਾਲ ਬੈਠੇ ਹੋਏ ਨੇ ਭਾਈ ਬਲਜੀਤ ਸਿੰਘ ਜੀ ਖਾਲਸਾ ਜਿਹੜੇ ਕਿ ਮਾਸਕ ਪੱਤਰ ਵੰਗਾਰ ਦੇ ਸੰਪਾਦਕ ਨੇ। ਉਹਨਾਂ ਤੋਂ ਅੱਗੇ ਨੇ ਭਾਈ ਮੋਕਨ ਸਿੰਘ ਜੀ ਜਿਹੜੇ ਦਮਦਮੀ ਟਕਸਾਲ ਦੇ ਬੁਲਾਰੇ ਵੀ ਰਹੇ ਨੇ ਔਰ ਮਾਸਕ ਪੱਤਰ ਖੰਡੇ ਧਾਰ ਦੇ ਐਡੀਟਰ ਵੀ ਰਹੇ ਨੇ। ਇਹਨਾਂ ਤੋਂ ਇਲਾਵਾ ਇਹ ਅੱਜ ਵੀ ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਨੇ ਔਰ ਜਿਨ੍ਹਾਂ ਨੇ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਕੌਮ ਦੇ ਬਹੁਤ ਹੀ ਭਾਵਪੂਰਤ ਔਰ ਸੰਜੀਦੇ ਮੁੱਦਿਆਂ ਦੇ ਉੱਪਰ ਬਹੁਤ ਹੀ ਜ਼ਿੰਮੇਵਾਰੀ ਭਰਪੂਰ ਕਾਰਜ ਕੀਤਾ ਹੈ। ਉਸ ਤੋਂ ਅੱਗੇ ਬੈਠੇ ਨੇ ਭਾਈ ਬਲਵੰਤ ਸਿੰਘ ਜੀ ਗੋਪਾਲਾ ਜਿਹੜੇ ਕਿ ਬੜੀ ਨੌਜਵਾਨੀ ਉਮਰ ਤੋਂ ਸਿੱਖ ਯੂਥ ਫੈਡਰੇਸ਼ਨ ਦੇ ਨਾਲ ਜੁੜੇ ਹੋਏ ਨੇ ਔਰ ਉਹਨਾਂ ਨੇ ਕੌਮ ਦੇ ਮੁੱਦਿਆਂ ਦੇ ਉੱਪਰ ਸਿੱਖਾਂ ਦੇ ਇੱਕ ਹਰਾਵਲ ਦਸਤੇ ਦੇ ਰੂਪ ਦੇ ਵਿੱਚ ਪਹਿਰਾ ਦਿੱਤਾ ਹੈ। ਉਸ ਤੋਂ ਅੱਗੇ ਬੈਠੇ ਹੋਏ ਨੇ ਬੀਬੀ ਸੰਦੀਪ ਕੌਰ ਜੀ ਖਾਲਸਾ ਜਿਹੜੇ ਕਿ ਸੱਤ ਜਿਹੜਾ ਟਰੱਸਟ ਹੈ ਭਾਈ ਧਰਮ ਸਿੰਘ ਜੀ ਖਾਲਸਾ ਟਰੱਸਟ ਚਲਾ ਰਹੇ ਨੇ ਔਰ ਉਸ ਸਮੇਂ ਜਿਹੜਾ ਸਾਡਾ ਪਿਛਲਾ ਸੰਘਰਸ਼ ਦਾ ਸਮਾਂ ਉਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਪਰਿਵਾਰਾਂ ਦੇ ਬੱਚਿਆਂ ਦੀ ਸਾਂਭ ਸੰਭਾਲ ਤੋਂ ਲੈ ਕੇ ਉਹਨਾਂ ਦੀ ਵਿੱਦਿਆ ਤੱਕ ਦਾ ਉਪਰਾਲਾ ਕਰ ਰਹੇ ਨੇ। ਸੋ ਜਿਹੜਾ ਅੱਜ ਦਾ ਸਾਡਾ ਮੁੱਦਾ ਹੈ ਉਹ ਅਹਿਮ ਮੁੱਦਾ ਹੈ ਕਿ ਭਾਈ ਬਲਵੰਤ ਸਿੰਘ ਰਾਜੋ ਆਣਾ ਜੀ ਵੱਲੋਂ ਜੋ ਜਿਸ ਤਰ੍ਹਾਂ ਦੇ ਨਾਲ ਇੱਕ ਉਭਾਰ ਕੌਮ ਦੇ ਵਿੱਚ ਵੇਖਣ ਨੂੰ ਮਿਲਿਆ ਕਿ ਕਿਸ ਤਰ੍ਹਾਂ ਦੇ ਨਾਲ ਸਮੁੱਚੀ ਕੌਮ ਦੇ ਵਿੱਚ ਖਾਲਸਾਈ ਜਾਹੋ ਜਲਾਲ ਜਿਹੜਾ ਸੀ ਉਹ ਪ੍ਰਗਟ ਹੋਇਆ। ਜੋ ਉਹਨਾਂ ਦੀ ਫਾਂਸੀ ਦੇ ਹੁਕਮ ਹੋਏ ਤੇ ਉਸ ਹੁਕਮ ਤੋਂ ਬਾਅਦ ਕੌਮ ਨੂੰ ਜਿਹੜਾ ਇੱਕ ਇਕਮੁੱਠਤਾ ਦਾ ਤੇ ਇਕੱਠ ਦਾ ਹੰਗਾਰਾ ਕੌਮ ਦੇ ਵਿੱਚ ਮਿਲਿਆ ਔਰ ਜਿਸ ਤਰ੍ਹਾਂ ਦੇ ਕੌਮ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਕ ਇਕੱਠ ਦਾ ਪ੍ਰਗਟਾ ਕੀਤਾ। ਮੈਂ ਭਾਈ ਮੋਕਮ ਸਿੰਘ ਜੀ ਹੁਣਾਂ ਨੂੰ ਪੁੱਛਣਾ ਚਾਹੁੰਦਾ ਕਿ ਉਹ ਇਕੱਠ ਜਿਹੜਾ ਹੈ ਕੀ ਅਸੀਂ ਸਮਝਦੇ ਹਾਂ ਕਿ ਉਹ ਸਦੀਵੀ ਰੂਪ ਦੇ ਵਿੱਚ ਇਸ ਤਰ੍ਹਾਂ ਬਰਕਰਾਰ ਰਹਿ ਸਕਦਾ ਹੈ ਜਾਂ ਰਹਿ ਸਕਦਾ ਸੀ? ਦੇਖੋ ਜਿਹੜਾ ਭਾਈ ਬਲਜੀਤ ਸਿੰਘ ਜੀ ਭਾਈ ਸੁਖਪ੍ਰੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਸਮੇਂ ਵਾਸਤੇ ਲੜਦੇ ਆ ਕੁਝ ਸਮੇਂ ਵਾਸਤੇ ਫਿਰ ਉਹ ਠੰਡੇ ਬਸਤੇ ਜਾਂ ਹੋਰ ਰੂਪਾਂ 'ਚ ਉਹ ਸ਼ਕਲ ਵਟਾ ਜਾਂਦੇ ਆ। ਇਹ ਵੀ ਭਾਈ ਰਾਜੋ ਹੋਣੇ ਦਾ ਜਿਹੜਾ ਕੇਸ ਸੀ ਇੱਕ ਸਮੇਂ ਵਿੱਚ ਆਇਆ ਔਰ ਲੋਕਾਂ ਨੇ ਉਹਦੇ ਉੱਤੇ ਜਿੰਨਾ ਤਕੜਾ ਹੰਗਾਰਾ ਭਰਿਆ ਜਿਸ ਰੂਪ 'ਚ ਭਰਿਆ ਹਰ ਵਿਅਕਤੀ ਨੇ ਭਰਿਆ ਚਾਹੇ ਉਹ ਕਿਸੇ ਅਹੁਦੇ 'ਤੇ ਬੈਠਾ ਸੀ ਜਾਂ ਸਧਾਰਨ ਰੂਪ 'ਚ ਘਰ ਵਿੱਚ ਬੈਠਾ ਸੀ ਚਾਹੇ ਉਹ ਰਾਜਨੀਤਿਕ ਹੈ ਧਾਰਮਿਕ ਹੈ ਸਮਾਜਿਕ ਹੈ ਸਧਾਰਨ ਬੰਦਾ ਹੈ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਹੈ ਜਾਂ ਨਹੀਂ ਹੈ ਪਰ ਉਹਨਾਂ ਨੇ ਆਪਣਾ ਇੱਕ ਜ਼ਿੰਮੇਵਾਰੀ ਆਪਣਾ ਇੱਕ ਫਰਜ਼ ਸਮਝਿਆ ਪੰਜਾਬ ਨੂੰ ਪੀਲੇ ਰੰਗ ਕਰਨ ਵਿੱਚ ਸੜਕਾਂ 'ਤੇ ਆਉਣ ਤੋਂ ਲੈ ਕੇ ਔਰ ਮਾਧਿਅਮ ਹਰ ਤਰ੍ਹਾਂ ਦੇ ਵਰਤੇ ਜਿਹੜੇ ਉਹਨਾਂ ਨੇ ਉਹ
ਇਹ ਸਾਰਾ ਕੁਝ ਜਿਹੜਾ ਇਹਦੇ ਪਿੱਛੇ ਇੱਕ ਜਜ਼ਬਾਤ ਸੀ ਜਿਹੜਾ ਕਿ ਬਲਵੰਤ ਸਿੰਘ ਨੇ ਇਹ ਕਹਿਣਾ ਕਿ ਮੈਂ ਬਿਲਕੁਲ ਅਪੀਲ ਨਹੀਂ ਕਰਾਂਗਾ ਔਰ ਦੁਨੀਆ ਵਿੱਚ ਇੱਕ ਨਵੀਂ ਹਿਸਟਰੀ ਪੈਦਾ ਕਰਨੀ ਕਿ ਵਿਅਕਤੀ